ਇਰ ਕਟ ਦੇ ਵਿੱਚ ਮੰਡੀ ਬੋਰਡ ਦੇ ਅਫਸਰਾਂ ਨੇ ਇੱਕ ਬਹੁਤ ਵੱਡੀ ਕੰਪਨੀ ਨੂੰ ਕਲੀਨ ਛੇੜ ਦਿੱਤੀ। ਬਹੁਤ ਹੋ ਸਕਦਾ ਮਿਰਤ ਵੀ ਦਬਾਅ ਹੋਵੇ। ਦਬਾਅ ਹੋਵੇ ਪਰ ਜੋ ਅੱਜ ਦਬਾਅ ਹੈਗਾ ਤਾਂ ਖੁੱਲ ਕੇ ਦੱਸੋ ਪਤਾ ਲੱਗਣਾ ਚਾਹੀਦਾ ਲੋਕਾਂ ਨੂੰ। ਜੇ ਕੋਈ ਸ਼ਰਾਰਤ ਹੋਗੀ, ਜੇ ਕੋਈ ਬੰਦਾ ਪੀਐਲ ਪਾਰਟੀਆਂ ਨਾਲ ਚਿੱਠੀਆਂ ਦੇ ਸਬੰਧ ਵਿੱਚ ਹਾਈ ਕੋਰਟ ਚਲਾ ਗਿਆ, ਪੰਜਾਬ ਦੀ ਸ਼ਾਸਨ ਦੇ ਵਿੱਚ ਉਹ ਫਾਈਲ ਬੰਬ ਬਣ ਕੇ ਉੱਭਰੂਗੀ ਤੇ ਸਰਕਾਰ ਕੋਲ ਉਹ ਹਟੈਕ ਸਾਂਭਿਆ ਨਹੀਂ ਜਾਊਗਾ। ਟੋਲ ਪਲਾਜ਼ਾ ਰੋਕਣ ਦੀ ਜਿਹੜੀ ਗੱਲ ਹੋਈ ਹੈ ਟੋਲ ਪਲਾਜ਼ਾ ਰੋਕ ਕੇ ਕੇਂਦਰ ਸਰਕਾਰ ਦਾ ਕਿੰਨਾ ਵੱਡਾ ਨੁਕਸਾਨ ਜਿਹੜਾ ਹੈ ਤੁਸੀਂ ਦੇਖ ਤਾ ਅਖੀਰ ਚ ਗੱਡਕਰੀ ਸਾਹਿਬ ਐਨ ਐਚ ਆਈ ਦੇ ਮਾਲਕ ਨੇ ਉਹਨਾਂ ਦੇ ਬੇਟੇ ਦੇ ਟੋਲ ਪਲਾਜ਼ੇ ਨੇ ਤੇ ਕਿਤੇ ਆੜਤੀਲਾ ਸਾਹਿਬ ਪੰਜਾਬ ਸਰਕਾਰ ਨਾਲ ਇਹਨਾਂ ਜਿਹੜੇ ਆ ਆਰ ਡੀ ਐਫ ਦੇ ਟੋਲ ਪਏ ਦਾ ਬਰਾਬਰ ਨਾ ਕਰ ਲਿਆ ਅੱਜ ਸਵੇਰੇ ਵੀ ਸਾਡੇ ਤੁਮਰ ਸਾਹਿਬ ਬੋਲ ਰਹੇ ਬੋਲ ਰਹੇ ਸੀ ਵੀ ਇਹ ਇਹ ਕਾਨੂੰਨ ਕਿਸਾਨ ਕੇ ਪੱਖੇ ਮੇ ਹੈ ਉਹਨਾਂ ਦੀ ਮੁੱਚਦਾ ਸਵਾਲ ਹੈ ਪੰਜਾਬੀਆਂ ਦੀ ਹੋਣ ਦਾ ਸਵਾਲ ਆ ਜੇ ਕਿਸਾਨ ਜਥੇ ਬੰਦਿਆਂ ਜਿਹੜੀਆਂ ਗੱਲਾਂ ਅੱਜ ਉਸ ਤੇ ਜਦੋਂ ਕਹਿ ਰਹੀਆਂ ਦੋ ਤਿੰਨੋਂ ਕਾਨੂੰਨ ਚੂਰੋ ਚੂਰ ਐਸ ਤੋਂ ਘੱਟ ਨਹੀਂ ਮਨਜੂਰ ਜੇਕਰ ਉਸ ਗੱਲ ਤੋਂ ਪਿੱਛੇ हट ਗੀਆਂ ਤਾਂ ਉਹਨਾਂ ਨੂੰ ਇਹ ਛਿੱਟੇ ਬਹੁਤ ਭਿਆਨਕ ਭੁਗਤਨੇ ਪੈਣਗੇ ਜਿਹੜੀ ਸੈਂਟਰ ਸਰਕਾਰ ਹੈ ਉਹ ਪੂਰਨ ਤੌਰ ਤੇ ਪੂਰਾ ਜ਼ੋਰ ਲਾ ਰਹੀ ਹੈ ਕੱਲ ਇੱਕ ਬੀਕੇਯੂ ਐ ਕੋਈ ਪੰਜਾਬ ਤੋਂ ਤਾਂ ਨਹੀਂ ਜੀ ਕੋਈ ਉਹ ਬਾਹਰਲੇ ਸੂਬੇ ਤੋਂ BCU ਹੈ ਉਹਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ ਉਹ ਸਰਾਸਾਰ ਕੇਂਦਰ ਸਰਕਾਰ ਦੀ ਸ਼ਰਾਰਤ ਹੈ ਤੁਸੀਂ ਕਹ ਜਿਹੜੀ BCU ਹੁਣ ਕਿਸੇ ਹੋਰ ਸੂਬੇ ਦੀ BCU ਹੈ ਸੁਪਰੀਮ ਕੋਰਟ ਜੀਨੀ ਅਪਰੋਚ ਕੀਤੀ ਹੈ ਉਹ ਸੈਂਟਰ ਗਵਰਨਮੈਂਟ ਦੀ ਜਾਂ ਕੇਂਦਰ ਸਰਕਾਰ ਦੀ ਸ਼ਰਾਰਤ ਹੈ ਬਿਲਕੁਲ ਟੋਟਲ ਲਖਵਾਲ ਸਾਹਿਬ ਦਾ ਸੁਪਰੀਮ ਕੋਰਟ ਜਾਣਾ ਉਹ ਵੀ ਸ਼ਰਾਰਤ ਸੀ ਬਿਲਕੁਲ ਸ਼ਰਾਰਤ ਸੀ ਜੇਕਰ ਅੱਜ ਮੈਂ ਤੁਹਾਨੂੰ ਦੱਸ ਦਿਆਂ ਪੰਜਾਬ ਦਾ ਨੌਜਵਾਨ ਗਦਾਰੀ ਨਹੀਂ ਬਰਦਾਸ਼ਤ ਕਰੂਗਾ ਚਾਹੇ ਉਹ ਸਿਆਸੀ ਪਾਰਟੀ ਹੋਵੇ ਚਾਹੇ ਉਹ ਉੱਥੇ ਕਿਸਾਨ ਜੱਥੇ ਬੰਦੇ ਦਾ حمایتੀ ਬਣ ਕੇ ਗਿਆ। ਅੱਜ ਇਹ ਲੜਾਈ ਉੱਥੇ ਆਰ ਪਾਰ ਦੀ ਹੈ ਤੇ ਜੋ ਵੀ ਕਰਨਾ ਕਿਸ ਨੇ ਸੋਚ ਸਮਝ ਕੇ ਕਰੇ ਦੇ ਨਹੀਂ ਤਾਂ ਛਿੱਟੇ ਬਹੁਤ ਭਿਆਨਕ ਤੇ ਬਹੁਤ ਖਤਰਨਾਕ ਲੱਗਦੇ। ਵਿਚਾਲਾ ਰਸਤਾ ਕੋ ਨਿਕਲੇ ਨਾ ਨਿਕਲੇ ਕਿਸ ਮੋਰਚੇ ਚੋਂ ਤੁਹਾਨੂੰ ਲੱਗਦਾ ਕੋਈ ਸਿਆਸੀ ਤੇ ਨਿਕਲੇਗਾ? ਦੇਖੋ ਕਿਸਾਨ ਆਕੂ ਤਾਂ ਪਹਿਲੇ ਦਿਨ ਤੋਂ ਕਹਿ ਰਹੇ ਆ। ਕਿ ਨਾ ਦੇਸ਼ ਭਗਤ ਕਿਸਾਨਾਂ ਦੇ ਮੋਰਚਾਂ ਦੇ ਵਿੱਚ ਦੇਸ਼ ਦਰੋਹੀਆਂ ਦੇ ਪੋਸਟਰ ਲਹਿਰਾਉਣਾ ਕਿੰਨਾ ਸਹੀ। ਇਹਨਾਂ ਨੇ ਵਿੱਚ ਉੱਟ ਕੇ ਕੋਈ ਸ਼ਰਾਰਤ ਕੀਤੀ ਹੈ। ਕਹੇ ਮੇਰੇ ਵੱਡੇ ਭਰਾ ਨੇ ਮਿੱਟੂ ਸਾਹਿਬ ਐਮਪੀ ਸ਼ਿਪ ਦਾ ਤਾਂ ਹੀ ਰਹਿਣ ਗਿਆ ਜੀ ਥੋੜਾ ਪੰਜਾਬ ਰੋ। ਤਾਂ ਲੱਗਦਾ ਇਸ ਮੌਕੇ ਤੇ ਆ ਕੇ ਨਜੂਸ ਸਿੱਧੂ ਬੱਤੂ ਘੁੱਪ ਰਹਿਣਾ ਉਹਨਾਂ ਨੂੰ ਵੀ ਮਹਿੰਗਾ ਪੈਸਾ ਕਰ। ਜਿਹੜਾ ਕਿਸਾਨ ਹੁੰਦਾ ਨਾ ਠਾਕੁਰ ਸਾਹਿਬ ਢੋਲਾ ਹੁੰਦਾ ਢੋਲੇ ਦਾ ਰੱਬ ਹੁੰਦਾ ਤੇ ਰੱਬ ਕਦੀ ਆਵਦਾ ਜੰਮਿਆ ਹਰਨ ਨਹੀਂ ਦਿੰਦਾ। ਕਿਸਾਨੀ ਮੋਰਚੇ ਚੜ੍ਹਦੀ ਕਲਾ ਵਿੱਚ ਨੇ ਤੇ ਕਿਸਾਨ ਵੀ ਚੜ੍ਹਦੀ ਕਲਾ ਵਿੱਚ ਨੇ ਪਰ ਅਸਟਾਡੇ ਸਾਹਮਣੇ ਤੁਹਾਡੇ ਰੂਬਰੂ ਕਰਾਂਗੇ ਉਸ ਸ਼ਖਸ ਨੂੰ ਜਿਸ ਨੇ ਭਾਜਣਾ ਪਾਈਆਂ ਪੰਜਾਬ ਮੰਡੀ ਬੋਟ ਨੂੰ ਤੇ ਜਿਸ ਨੇ ਬੇਨਕਾਬ ਕੀਤਾ ਕੈਪਟਨ ਅਮਰਿੰਦਰ ਸਿੰਘ ਦੇ ਦੋਗਲੇ ਚਿਹਰੇ ਨੂੰ ਤੇ ਖਬਰਸਾ ਚੈਨਲ ਦੇਖ ਰਹੇ ਸਾਰੇ ਹੀ ਦਸਕਾਂ ਦਾ ਸਵਾਗਤ ਹੈ ਮੈਂ ਹਾ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਐਡਵੋਕੇਟ ਇੰਦਰਜੀਤ ਸਿੰਘ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਪਾਜੀ ਬਹੁਤ ਸਵਾਗਤ ਹੈ ਖਬਰਸਾ ਸ੍ਰੀ ਕਾਲ ਸਰਮ ਸਾਸਤਰੀ ਕਾ ਤੁਹਾਡੇ ਕੋਲ ਭਾਜੀ ਆ ਕਿਸਾਨੀ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਤੁਸੀਂ ਵੀ ਜਾ ਕੇ ਆਏ ਹੋ ਅਸੀਂ ਵੀ ਜਾ ਕੇ ਆਏ ਆਂ ਕਿਸਾਨ ਵੀ ਚੜ੍ਹਦੀ ਕਲਾ ਵਿੱਚ ਨੇ ਤੇ ਇੱਕ ਵਕੀਲ ਹੋਣ ਦੇ ਨਾਤੇ ਤੇ ਤੁਸੀਂ ਕੁਝ ਕਿਸਾਨੀ ਵੀ ਕਰਦੇ ਹੋ ਤੇ ਉਸ ਨਜ਼ਰ ਨਾਲ ਤੁਸੀਂ ਉਸ ਮੋਰਚੇ ਨੂੰ ਕਿਵੇਂ ਦੇਖਦੇ ਹੋ ਠਾਕੁਰ ਸਾਹਿਬ ਇੱਕ surjit patar ਸਾਹਿਬ ਦੀਆਂ ਕੁਝ 17 ਨੇ ਇਹ ਬਾਤ ਸਿਰਫ ਇਤਨੀ ਹੀ ਨਹੀਂ ਇਹ ਬਾਤ ਸਿਰਫ ਇਤਨੀ ਨਹੀਂ ਨਾ ਹੀ ਮਸਲਾ ਕਿਸਾਨ ਦਾ ਹੈ ਇਹ ਪਿੰਡ ਦੇ ਵਸਤੇ ਰਹਿਣ ਦਾ ਹੈ ਜਿਹਨੂੰ ਖੋਸਲਾ ਉੱਜੜ ਜਾਣ ਦਾ ਕੀ ਆ ਗੱਲਾਂ ਇਹ ਹੈ ਵੀ ਮੈਂ ਪੜ੍ਹ ਲਿਖ ਕੇ ਅੱਜ ਜਿਹੜੀ ਯੂਨੀਵਰਸਿਟੀ ਦੀ ਧਰਤੀ ਤੇ ਆਪਾਂ ਖੜੇ ਆ ਬਹੁਤ ਸਤਿਕਾਰ ਤੇ ਮਾਣ ਸਾਨੂੰ ਪ੍ਰਾਪਤ ਹੋਇਆ ਤੁਸੀਂ ਮੰਡੀ ਬੋਰਡ ਦੀ ਗੱਲ ਕੀਤੀ ਅੱਜ ਸਾਡੀ ਸਰਕਾਰ ਬਿਲਕੁਲ ਕਿਸਾਨਾਂ ਨੂੰ ਕਹਿ ਰਹੀ ਹੈ ਵੀ ਤੁਹਾਡੇ ਨਾਲ ਆ ਪਰ ਮੈਂ ਤੁਹਾਨੂੰ ਉਹ ਪੇਪਰਸ ਦਿੱਤੇ ਡਾਕੂਮੈਂਟਸ ਦਿੱਤੇ ਜਿਹਦੇ ਵਿੱਚ ਕਲੀਅਰ ਕੱਟ ਦੇ ਵਿੱਚ ਮੰਡੀ ਬੋਰਡ ਦੇ ਅਫਸਰਾਂ ਨੇ ਇੱਕ ਬਹੁਤ ਵੱਡੀ ਕੰਪਨੀ ਨੂੰ ਕਲੀਨ ਸ਼ੀਟ ਦਿੱਤੀ ਬਹੁਤ ਹੋ ਸਕਦਾ ਮੇਰੇ ਤੇ ਵੀ ਦਬਾਅ ਹੋਵੇ ਦਬਾਅ ਹੋਵੇ ਪਰ ਜੋ ਅੱਜ ਦਬਾਅ ਹੈਗਾ ਤਾਂ ਖੁੱਲ ਕੇ ਦੱਸੋ ਪਤਾ ਲੱਗਣਾ ਚਾਹੀਦਾ ਲੋਕਾਂ ਨੂੰ ਦਬਾਅ ਦਬਾਅ ਇਸ ਗੱਲ ਦਾ ਹੈ ਵੀ ਅੱਜ ਸਾਰਾ ਪੰਜਾਬ ਦਿੱਲੀ ਦੀਆਂ ਬਰੂਹਾਂ ਤੇ ਆਪਦੀ ਹੋਂਦ ਦੀ ਲੜਾਈ ਲੜ ਰਿਹਾ ਹੈ ਪਰ ਕੁਝ ਜਿਹੜੇ ਨਿਕੰਮੇ ਅਫਸਰ ਕਹਿ ਸਕਦਾ ਹਾਂ ਤੇ ਜਿਹੜੀ ਸਰਕਾਰ ਹੈ ਉਹਦੀ ਨਲਾਇਕੀਆਂ ਸਪੋਨ ਤੇ ਲੱਗੀ ਹੋਈ ਹੈ ਸਮਾਂ ਆ ਜਾਣ ਦਿਓ ਬਿਲਕੁਲ ਅੱਜ ਕਿਸਾਨ ਦਾ ਪੁੱਤ ਹੋਂਦ ਨਾਲ ਤੇ ਚਾਹੋ ਕੈਪਟਨ ਸਾਹਿਬ ਦਾ ਵਿਭਾਗ ਗਲਤ ਹੋਵੇ ਚਾਹੋ ਅਫਸਰ ਗਲਤ ਹੋਣ ਅੱਜ ਮੈਂ ਜੋ ਕਿਸਾਨ ਉਸ ਦਿੱਲੀ ਦੇ ਉੱਤੇ ਬੈਠ ਕੇ ਆਪਦੀ ਲੜਾਈ ਲੜ ਰਹੇ ਐ ਜੇ ਸਰਕਾਰ ਉਹਦੇ ਪ੍ਰਤੀ ਬਿਲਕੁਲ ਦ੍ਰਿੜ ਸੀ ਤੋ ਉਹਨਾਂ ਅਫਸਰਾਂ ਨੂੰ ਲਾਂਬੇ ਕਰਕੇ ਇੱਕ ਮੈਸੇਜ ਛੱਡਦੀ ਵੀ ਅਸੀਂ ਬਿਲਕੁਲ ਤੁਹਾਡੇ ਨਾਲ ਖੜੇ ਆ ਪੰਜਾਬ ਉਹਦੇ ਵਿੱਚ ਕੋਈ ਵੀ ਗਦਾਰੀ ਪਸੰਦ ਨਹੀਂ ਹੋਊਗੀ ਤੇ ਮੈਂ ਧੰਨਵਾਦ ਕਰਦਾ ਉਹਨੇ ਉਹਨਾਂ ਨੌਜਵਾਨੀ ਦਾ ਜਿਨ੍ਹਾਂ ਨੇ ਇੱਕ ਨਵਾਂ ਪੰਜਾਬ ਅਜ ਦਿੱਲੀ ਵਿੱਚ ਵਸਾ ਦਿੱਤਾ ਲੇਕਿਨ ਕੈਪਟਨ ਸਾਹਿਬ ਕਹਿ ਰਹੇ ਨੇ ਲਗਾਤਾਰ ਮੈਂ ਕਿਸਾਨਾਂ ਦੇ ਨਾਲ ਹੈਗਾ ਪਰ ਪੰਜਾਬ ਮੰਡੀ ਬੋਰਡ ਵੱਲੋਂ ਨੋਟਿਸ ਜਾਰੀ ਕਰਨਾ ਕੈਪਟਨ ਸਾਹਿਬ ਦੇ ਕੋਲ ਮੈਂ ਹਮਾਂਤਾ ਹੈ ਇਦਾਂ ਹੋ ਸਕਦਾ ਹੈ ਕਿ ਉਤੋਂ ਅਫਸਰ ਨੇ ਜਾਂ ਉਤੋਂ ਅਧਿਕਾਰੀ ਨੇ ਜਾਂ ਫਿਰ ਕੈਪਟਨ ਸਾਹਿਬ ਨੇ ਆਰਡਰ ਕੀਤੇ ਨਾ ਹੋਣ ਤੇ ਪੰਜਾਬ ਮੰਡੀ ਬੋਰਡ ਆਪਣੇ ਆਪ ਹੀ ਉਹਨਾਂ ਬਿੱਲਾਂ ਨੂੰ ਲਾਗੂ ਕਰ ਦੇਵੇ ਦੇਖੋ ਗਲਤੀ ਕਿਤੇ ਵੀ ਹੋ ਸਕਦੀ ਹੈ ਹੋ ਸਕਦਾ ਹੈ ਇਹ ਕੈਪਟਨ ਸਾਹਿਬ ਨੂੰ ਜਿਹੜਾ ਮਾਮਲਾ ਮੈਂ ਤੁਹਾਡੇ ذریعے ਧਿਆਨ ਚ ਲਿਆਦਾ ਹੋਵੇ ਪਰ ਹਜੇ ਤੱਕ ਨੀਅਰ ਅਬਾਊਟ ਆ ਸੈਸ਼ਨ ਤੋਂ ਪਹਿਲਾਂ ਦੀ ਗੱਲ ਹੈ ਮੈਂ ਕੈਪਟਨ ਨੂੰ ਪੁੱਛਿਆ ਸੀਗਾ ਵੀ ਕੈਪਟਨ ਸਾਹਿਬ ਤੁਸੀਂ ਬਹੁਤ ਵੱਡੀ ਲੜਾਈ ਲੜ ਰਹੇ ਹੋ ਕਿਸਾਨਾਂ ਨੂੰ ਤੁਸੀਂ ਥਾਪੜਾ ਦੇ ਰਹੇ ਹੋ ਉਹਨਾਂ ਨੂੰ ਉਹਨਾਂ ਪ੍ਰਤੀ ਸੱਚੇ ਮੁੱਖ ਮੰਤਰੀ ਹੋਣ ਦਾ ਵਾਅਦਾ ਕਰ ਰਹੇ ਹੋ ਪਰ ਅੱਜ ਸੈਸ਼ਨ 19 9 ਨੂੰ ਸੈਸ਼ਨ ਬੁਲਾਇਆ ਸੀਗਾ ਅੱਜ ਤਕਰੀਬਨ ਡੇਢ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਉਹ ਉਹਨਾਂ ਚੋਰ ਅਫਸਰਾਂ ਤੇ ਕੋਈ ਕਾਰਵਾਈ ਨਾ ਕਰਕੇ ਇੱਕ ਇੱਥੇ ਕੈਪਟਨ ਸਾਹਿਬ ਗਲਤ ਸਾਬਤ ਹੋ ਰਹੇ ਨੇ ਨਹੀਂ ਤੁਹਾਨੂੰ ਫੋਨ ਫੋਨ ਆਇਆ ਪੰਜਾਬ ਮੰਡੀ ਬੋਰਡ ਤੇ ਕਿ ਨਹੀਂ ਬਈ ਐਡਵੋਕੇਟ ਸਾਹਿਬ ਕੀ ਕਰੀ ਜਾਨੀਓ ਤੁਸੀਂ ਆਓ ਬੈਠ ਕੇ ਗੱਲਬਾਤ ਕਰਦੇ ਆਂ ਠਾਕੁਰ ਸਾਹਿਬ ਉਹ ਤਾਂ ਆਪਣੀ ਗਲਤੀ ਛੁਪਾ ਰਹੇ ਨੇ ਉਹ ਤਾਂ ਕਹਿ ਰਹੇ ਗਲਤੀ ਹੋਈ ਨਹੀਂ ਪਰ ਮੈਂ ਤੁਹਾਡੇ ਜ਼ਰੀਏ ਦੱਸ ਦਿਆਂ ਜੇ ਕੋਈ ਸ਼ਰਾਰਤ ਹੋਗੀ ਜੇ ਕੋਈ ਬੰਦਾ ਪੀਆਲ ਪਾ ਕੇ ਉਹਨਾਂ ਚਿੱਠੀਆਂ ਦੇ ਸਬੰਧ ਵਿੱਚ ਹਾਈ ਕੋਰਟ ਚਲਾ ਗਿਆ ਪੰਜਾਬ ਦੀ ਸ਼ਾਸਨ ਦੇ ਵਿੱਚ ਉਹ ਫਾਈਲ ਬੰਬ ਬਣ ਕੇ ਉੱਭਰੂਗੀ ਤੇ ਸਰਕਾਰ ਕੋਲ ਇਹ ਅਟੈਕ ਸਾਂਭਿਆ ਨਹੀਂ ਜਾਊਗਾ ਬਿਲਕੁਲ ਕਿਉਂਕਿ ਸਾਂਭਿਆ ਤਾਂ ਹੁਣ ਕੇਂਦਰ ਸਰਕਾਰ ਕੋਲ ਵੀ ਨਹੀਂ ਜਾ ਰਿਹਾ ਉਹ ਮੋਰਚਾ ਜੋ ਇਸ ਵੇਲੇ ਦਿੱਲੀ ਦੀ ਹਿੱਕ ਤੇ ਲੱਗਿਆ ਹੋਇਆ ਹੈ ਜਿੱਥੇ ਚੜ੍ਹਦੀ ਕਲਾ ਵਿੱਚ ਨੇ ਚਾਹੇ ਉਹ ਸਾਡੇ ਬਜ਼ੁਰਗ ਹੋਣ ਚਾਹੇ ਉਹ ਬੀਬੀਆਂ ਹੋਣ ਮਾਵਾਂ ਭੈਣਾਂ ਸਾਡੇ ਵੀਰ ਨਿੱਕੇ ਬੱਚੇ ਵੀ ਉੱਥੇ ਪਹੁੰਚੇ ਹੋਈ ਨਹੀਂ ਅੱਛਾ ਟੋਲ ਪਲਾਜ਼ਾ ਰੋਕਣ ਦੀ ਜਿਹੜੀ ਗੱਲ ਹੋਈ ਹੈ ਟੋਲ ਪਲਾਜ਼ਾ ਰੋਕ ਕੇ ਕੇਂਦਰ ਸਰਕਾਰ ਦਾ ਕਿੰਨਾ ਕੁ ਵੱਡਾ ਨੁਕਸਾਨ ਜਿਹੜਾ ਹੈ ਤੁਸੀਂ ਦੇਖਦੇ ਹੋ ਜਿਹੜਾ ਤੁਸੀਂ ਟੋਲ ਪਲਾਜ਼ਾ ਦੀ ਗੱਲ ਕੀਤੀ ਮੈਂ ਇਕੱਲੇ ਜੇ ਪੰਜਾਬ ਦੀ ਗੱਲ ਕਰਾਂ ਤਾਂ 23 ਟੋਲ ਪਲਾਜ਼ੇ ਨੇ ਜਿੱਥੇ ਤਕਰੀਬਨ ਰੋਜ਼ ਦਾ 3.5 ਤੋਂ 4 ਕਰੋੜ ਰੁਪਇਆ ਮਾਲੀਆ ਇਕੱਠਾ ਹੁੰਦਾ ਇਕੱਠਾ ਹੁੰਦਾ ਉਸ ਤੋਂ ਬਾਅਦ ਜੋ ਜਿੰਨਾ ਕੋ ਮੈਨੂੰ ਸਮਝ ਆਏ ਵੀ ਜਿਹੜੀਆਂ ਰੇਲਾਂ ਹੁੰਦੀਆਂ ਟ੍ਰੈਕ ਤੇ ਸੜਕਾਂ ਜਦੋਂ ਐਗਰੀਮੈਂਟਸ ਕੰਟਰੈਕਟ ਹੁੰਦੇ ਆ ਸਟੇਟ ਤੇ ਸੈਂਟਰ ਦੇ ਵਿੱਚ ਉਹ ਪੈਸਾ ਸੈਂਟਰ ਲਾਉਂਦਾ ਤੇ ਉਹਦੀ ਜਿਹੜੀ ਹੈਗੀ ਆ ਖਾਲੀ ਕਰਵਾਉਣਾ ਜਾਂ ਉਹਦੇ ਤੇ ਕੋਈ ਡਿਸਟਰਬੈਂਸ ਨਾ ਹੋਣੀ ਜਾਈ ਉਹ ਸਾਰਾ ਪ੍ਰਬੰਧ ਜਿਹੜਾ ਹੈਗਾ ਸਟੇਟ ਗਵਰਨਮੈਂਟ ਨੇ ਕਰਨਾ ਹੁੰਦਾ ਤੇ ਮੈਂ ਕੰਟਰੈਕਟ ਪੜ੍ਹੇ ਤਾਂ ਨਹੀਂ ਸਟੇਟ ਤੇ ਸੈਂਟਰ ਦੇ ਪਰ ਮੈਂ ਜਿੰਨੀ ਕੁ ਮੈਨੂੰ ਲਾਅ ਦੀ ਸਮਝ ਹੈ ਮੈਂ ਯਕੀਨਨ ਕਹਿ ਸਕਦਾ ਵੀ ਜਿਹੜਾ ਉਹ ਰੋਜ਼ ਦਾ 4 ਕਰੋੜ ਰੁਪਇਆ ਘਾਟਾ ਪੈ ਰਿਹਾ ਤੇ ਅੱਜ 62 ਦਿਨ ਹੋ ਗਏ ਉਹ ਟੋਲ ਪਲਾਜ਼ਾ ਨੂੰ ਬੰਦ ਹੋਏ ਤੇ ਨੀਅਰ ਅਬਾਊਟ 200 ਤੋਂ 200 ਜਿਹੜਾ ਘੱਟਾ ਔਰ ਟੋਲ ਪਲਾਜ਼ਾ ਨੂੰ ਪੈ ਚੱਕਿਆ ਮੈਨੂੰ ਸ਼ੱਕ ਵੀ ਲੱਗਦਾ ਹੈ ਵੀ ਜਿਹੜਾ ਆਰ ਡੀ ਐਫ ਦਾ ਪੈਸਾ ਰੋਕਿਆ ਜਾਂ ਜਸ ਬੋਧੀ ਸਰਕਾਰ ਹੋਰ ਧੱਕਾ ਕਰ ਰਹੀ ਹੈ ਅਖੀਰ ਗੜਕਰੀ ਸਾਹਿਬ ਐ ਐਨ ਐਚ ਆਈ ਦੇ ਮਾਲਕ ਨੇ ਉਹਨਾਂ ਦੇ ਬੇਟੇ ਦੇ ਟੋਲ ਪਲਾਜ਼ੇ ਨੇ ਤੇ ਕਿਤੇ ਆੜਤੀਲਾ ਸਾਹਿਬ ਪੰਜਾਬ ਸਰਕਾਰ ਨਾਲ ਇਹਨਾਂ ਟੋ ਜਿਹੜੇ ਆਰ ਆਰ ਡੀ ਐਫ ਤੇ ਟੋਲ ਪਲੇ ਦਾ ਬਰਾਬਰ ਨਾ ਕਰ ਲਿਆ ਜਾਵੇ ਮੈਂ ਕਿਤੇ ਰੇਡ ਕਾ ਇਧੇਲੇ ਪਾਸੇ ਨਾ ਕੱਢਿਆ ਜਾਵੇ ਕੁਝ ਵੀ ਹੋ ਸਕਦਾ ਜਦੋਂ ਤੁਸੀਂ ਸੈਂਟਰ ਸਰਕਾਰ ਦਾ ਤੁਸੀਂ ਜੋ ਦੇਖ ਰਹੇ ਹੋ ਔਰ ਆੜੀਲ ਰਵਈਆ ਬਿਲਕੁਲ ਉਹ ਅੱਜ ਸਵੇਰੇ ਵੀ ਸਾਡੇ ਤੋਂ ਅਮਰ ਸਾਹਿਬ ਬੋਲ ਰਹੇ ਸੀ ਇਹ ਇਹ ਕਾਨੂੰਨ ਕਿਸਾਨ ਕੇ ਪੱਖ ਮੇ ਹੈ ਉਹਨਾਂ ਦੀ ਮੁਛਦਾ ਸਵਾਲ ਹੈ ਪੰਜਾਬੀਆਂ ਦੀ ਹੋਣ ਦਾ ਸਵਾਲ ਹੈ ਤੇ ਮੈਨੂੰ ਲੱਗਦਾ ਵੀ ਮੈਂ ਵਧਾਈ ਦੇਣਾ ਸਾਰੇ ਪੰਜਾਬ ਨੂੰ ਅੱਜ ਕੋਈ ਵੀ ਜਿਹੜੀਆਂ ਸ਼ਾਸਕੀ ਪਾਰਟੀਆਂ ਉਹਨਾਂ ਦੇ ਮੈਂ ਕੱਲ ਵੀਡੀਓਜ਼ ਦੇਖੀਆਂ ਕਿਸਾਨਾਂ ਨੇ ਦੂਰੋਂ ਹੱਥ ਜੋੜ ਤੇ ਵੀ ਸਾਡੇ ਕੋਲੇ ਆਉਣ ਦੀ ਲੋੜ ਨਹੀਂ ਤੇ ਯਕੀਨਨ ਮੈਂ ਕਹਿ ਸਕਦਾ ਵੀ ਜਿਹੜੀ ਨੌਜਵਾਨੀ ਉੱਥੇ ਪੰਜਾਬ ਦੀ ਗਈ ਹੈ ਜਿਹੜੀ ਉੜਤਾ ਪੰਜਾਬ ਦੀ ਤੋਮਤ ਜਿਹੜੀ ਪੰਜਾਬ ਤੇ ਲੱਗੀ ਸੀ ਅੱਜ ਉਹ ਤੌਮਤ ਧੋ ਕੇ ਪੰਜਾਬੀਆਂ ਨੇ ਇਹ ਅਗਵਾਈ ਕਰਕੇ ਸਾਰੇ ਹਿੰਦੁਸਤਾਨ ਦੀ ਸੂਬੇ ਦੀ ਦਿਖਾ ਦਿੱਤਾ ਵੀ ਪੰਜਾਬੀ ਅੱਜ ਵੀ ਦੁਨੀਆ ਦੇ ਵਿੱਚ ਆਪਦਾ ਨਾਂ ਸਿਰਜ ਸਕਦੇ ਆ। ਨੇ ਬਿਲਕੁਲ ਪੰਜਾਬੀ ਜਿੱਥੇ ਵੀ ਗੇਨ ਨੇ ਚੜ੍ਹਦੀ ਕਲਾ ਵਿੱਚ ਰਹੇ ਨੇ ਤੇ ਨਾਮ ਆਪਣਾ ਬੁਲੰਦ ਕੀਤਾ ਹੈ, ਨਾਮ ਰੌਸ਼ਨ ਕੀਤਾ ਹੈ ਪੰਜਾਬ ਦਾ ਵੀ, ਵਿਦੇਸ਼ ਦਾ ਵੀ। ਗੱਲ ਮੋਰਚੇ ਦੀ ਅਸੀਂ ਕਰ ਰਹੇ ਆ। ਮੋਰਚੇ ਨੂੰ ਤੁਸੀਂ ਹੁਣ ਕਿਵੇਂ ਦੇਖਦੇ ਹੋ? ਪੰਜਵੇਂ ਦੌਰ ਦੀ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਪੋਸਟਰ ਕਿਸਾਨਾਂ ਵੱਲੋਂ ਦਿਖਾਇਆ ਗਿਆ yes or no। ਉਸ ਤੋਂ ਬਾਅਦ ਮੇਰੇ ਖਿਆਲ 'ਚ ਪ੍ਰੋਪੋਜ਼ਲ ਕਿਹਾ ਗਿਆ ਤੁਸੀਂ ਪ੍ਰੋਪੋਜ਼ਲ ਭੇਜ ਦਿਓ ਅਮਿਤ ਸ਼ਾਹ ਦੇ ਨਾਲ ਜਦੋਂ ਮੀਟਿੰਗ ਹੋਈ ਹੈ ਪ੍ਰੋਪੋਜ਼ਲ ਤੁਸੀਂ ਭੇਜਿਓ ਅਸੀਂ ਵਿਚਾਰਾਂਗੇ ਤੇ ਜਦੋਂ ਗੱਲ ਯੈਸ ਔਰ ਨੋ ਤੇ ਆ ਕੇ ਖੜੀ ਹੋਗੀ ਹਾਂ ਜਾਂ ਨਾ ਫਿਰ ਪ੍ਰੋਪੋਜ਼ਲ ਮੰਗਵਾਇਆ ਗਿਆ ਕਿਵੇਂ ਦੇਖਦੇ ਹੋ ਠਾਕੁਰ ਸਾਹਿਬ ਮੈਨੂੰ ਤੁਹਾਡੇ ਜ਼ਰੀਏ ਕਹਿਣਾ ਤਾਂ ਨਹੀਂ ਚਾਹੀਦਾ ਵਾਰ-ਵਾਰ ਡਾਇਲੈਕਸ ਦੀ ਗੱਲ ਆ ਰਹੀ ਹੈ ਵੀ ਆਪਾਂ ਬੈਠ ਕੇ ਵਿਚ ਦਾ ਰਸਤਾ ਕੱਢੀਏ ਜਦੋਂ ਆਪਣੀ ਪੰਜਵੀਂ ਮੀਟਿੰਗ ਦੇ ਵਿੱਚ ਯੈਸ ਔਰ ਨੋ ਦੀ ਗੱਲ ਸਹਿਮਤ ਹੋ ਗਈ ਸੀ ਨੋ ਨੂੰ ਨਵੀਂ ਮੀਟਿੰਗ ਸੀ ਤੇ ਆਪਾਂ ਨੂੰ ਅੱਠ ਰਾਤ ਨੂੰ ਅਮਿਤ ਸ਼ਾਹ ਦੇ ਘਰ ਜਾ ਕੇ ਉੱਥੇ ਆਪਾਂ ਨੂੰ ਕਹਿ ਰਹੇ ਆਂ ਵੀ ਸਰਕਾਰ ਸਾਨੂੰ ਪ੍ਰਪੋਜ਼ਲ ਭੇਜੇਗੀ ਜਦੋਂ ਗੱਲ ਹੀ ਆਰਪਾਰ ਦੀ ਹੋ ਗਈ ਫਿਰ ਪ੍ਰਪੋਜ਼ਲ ਮੰਗਾਉਣ ਦੀ ਕੀ ਲੋੜ ਸੀ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਜੇ ਕਿਸਾਨ ਜੱਥੇ ਬੰਦੀਆਂ ਜਿਹੜੀਆਂ ਗੱਲਾਂ ਅੱਜ ਉਸ ਜਦੋਂ ਕਹਿ ਰਹੀਆਂ ਵੀ ਤਿੰਨੋਂ ਕਾਨੂੰਨ ਚੂਰੋ ਚੂਰ ਇਸ ਤੋਂ ਘੱਟ ਨਹੀਂ ਮੰਜੂਰ ਜੇਕਰ ਉਸ ਗੱਲ ਤੋਂ ਪਿੱਛੇ ਹਟ ਗਈਆਂ ਤਾਂ ਉਹਨਾਂ ਨੂੰ ਇਹਦੇ ਛਿੱਟੇ ਬਹੁਤ ਭਿਆਨਕ ਭੁਗਤਨੇ ਪੈਣਗੇ ਜਿਹੜੀ ਅੱਜ ਨੌਜਵਾਨੀ ਹੈ ਜਿਹੜੇ ਨੌਜਵਾਨੀ ਆ ਆਪ ਮੁਹਾਰੇ ਹੋ ਜੇਗੀ ਜਿਸ ਦੇ ਨਾਲ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਤੇ ਕਿਤੇ ਵੀ ਮੈਨੂੰ ਲੱਗਦਾ ਅੱਜ ਕੋਈ ਹਿੰਮਤ ਨਹੀਂ ਜੁਟਾ ਪਾ ਰਿਹਾ ਸਟੇਜ ਤੇ ਚੜ ਕੇ ਕਹਿਣ ਦੀ ਲੈ ਕਿਤੇ ਅੰਦਰ ਖਾਤੇ ਗੱਲਬਾਤ ਤਾਂ ਨਹੀਂ ਕਿੰਦੇ ਸਰਕਾਰ ਨਾਲ ਹੋਈ ਆ ਹਮੇਸ਼ਾ ਨੇ ਬੁਲਾਇਆ ਸੀ ਕਿਉਂਕਿ ਹਮੇਸ਼ਾ ਦੀ ਐਂਟਰੀ ਹੋਣਾ ਵਿੱਚ ਅਚਾਨਕ ਕੀ ਕਿਹਾ ਜਾਂਦਾ ਉਹਨੂੰ ਹਮੇਸ਼ਾ ਦੀ ਐਂਟਰੀ ਹੋਣਾ ਆਪਣੇ ਆਪ ਦੇ ਵਿੱਚ ਬੜਾ ਇੱਕ ਤੁਸੀਂ ਕਹੋ ਇੱਕ ਸੁਨੇਹਾ ਵੀ ਹੈ ਤੇ ਇੱਕ ਸਵਾਲ ਵੀ ਹੈ ਤੇ ਕਿਤੇ ਸੈਟਿੰਗ ਵਾਲੀ ਗੱਲਬਾਤ ਤਾਂ ਨਹੀਂ ਜਾਂ ਫਿਰ ਇਹ ਮੌਕਾ ਨਹੀਂ ਹੈ ਕਿ ਹੁਣ ਕੋਈ ਵੀ ਕਿਸਾਨ ਆਗੂ ਸੈਟਿੰਗ ਕਰੇ ਕਿਉਂਕਿ ਨੌਜਵਾਨ ਆਪ ਮੁਹਾਰਾ ਪੰਚੇ ਉਹ ਗੱਲਾਂ ਬਹੁਤ ਪਿੱਛੇ ਰਹਿ ਗਈਆਂ ਜਿਹੜੀਆਂ ਸੈਟਿੰਗ ਸ਼ੂਟਿੰਗ ਵਾਲੀਆਂ ਗੱਲਾਂ ਸੀਆਂ ਠਾਕੁਰ ਸਭਾ ਪਿੱਛੇ ਰਹਿ ਗਈਆਂ ਹੁਣ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੇ ਉੱਥੇ ਨਵਾਂ ਪੰਜਾਬ ਸਿਰਜਦਾ ਹੈ ਜੇਕਰ ਕਿਸੇ ਨੇ ਗਲਤੀ ਵੀ ਕਰ ਲਈ ਤਾਂ ਪੰਜਾਬ ਜਿਉਂਦਾ ਵਾਪਸ ਨਹੀਂ ਆਊਗਾ ਤੁਹਾਡੇ ਜ਼ਰੀਏ ਮੈਂ ਦੱਸ ਦਿਆਂ ਤੇ ਤੁਸੀਂ ਵਿਚ ਰਸਤੇ ਦੀ ਗੱਲ ਕੀਤੀ ਜਿਹੜੀ ਸੈਂਟਰ ਸਰਕਾਰ ਹੈ ਉਹ ਪੂਰਨ ਤੌਰ ਤੇ ਪੂਰਾ ਜ਼ੋਰ ਲਾ ਰਹੀ ਹੈ ਕੱਲ ਇੱਕ ਬੀਕੇਜੂ ਹੈ ਕੋਈ ਪੰਜਾਬ ਤੋਂ ਤਾਂ ਨਹੀਂ ਜੀ ਕੋਈ ਉਹ ਬਾਹਰਲੇ ਸੂਬੇ ਤੋਂ BCU ਹੈ ਉਹਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ ਉਹ ਸਰਾਸਾਰ ਜਿਹੜਾ ਸੈਂਟਰ ਸਰਕਾਰ ਦੀ ਸ਼ਰਾਰਤ ਹੈ ਉਹ ਜਦੋਂ ਵੀ ਉਹ ਲਿਸਟਡ ਹੋਊਗਾ ਸੁਪਰੀਮ ਕੋਰਟ ਦੇ ਵਿੱਚ ਮਸਲਾ ਤੇ ਸਰਕਾਰ ਉਹਦੇ ਵਿੱਚ ਸੈਂਟਰ ਸਰਕਾਰ ਇਹ ਕਹੂਗੀ ਕਿ 82 ਅਮੈਂਡਮੈਂਟਸ ਨੂੰ ਤਿਆਰ ਤੁਸੀਂ ਕਿ ਜਿਹੜੀ BCU ਹੁਣ ਕਿਸੇ ਹੋਰ ਸੂਬੇ ਦੀ BCU ਹੈ ਸੁਪਰੀਮ ਕੋਰਟ ਜੀ ਨੂੰ ਅਪਰੋਚ ਕੀਤੀ ਹੈ ਉਹ ਸੈਂਟਰ ਗਵਰਨਮੈਂਟ ਦੀ ਜਾਂ ਕੇਂਦਰ ਸਰਕਾਰ ਦੀ ਸ਼ਰਾਰਤ ਹੈ ਬਿਲਕੁਲ ਟੋਟਲ ਲਖਵਾਲ ਸਾਹਿਬ ਦਾ ਸੁਪਰੀਮ ਕੋਰਟ ਜਾਣਾ ਉਹ ਵੀ ਸ਼ਰਾਰਤ ਸੀ ਬਿਲਕੁਲ ਸ਼ਰਾਰਤ ਸੀ ਜੇ ਲੱਖੋ ਸਾਹਿਬ ਸਾਹਿਬ ਐਨੀ ਗੱਲ ਤੇ ਨਾ ਆਉਂਦੇ ਤਾਂ ਅੱਜ ਉਹ ਘਰੇ ਨਾ ਬੈਠੇ ਹੁੰਦੇ ਉਹਨਾਂ ਕੱਤ ਜਿੱਥੇ ਉਹਦਾ ਹਿੱਸਾ ਹੁੰਦੇ ਬਹੁਤ ਉਹਨਾਂ ਨੇ ਰਾਜਪਾਕ ਕੀਤਾ ਨਾ ਕਿਸਾਨਾਂ ਦੇ ਸਿਰ ਤੇ ਜੇਕਰ ਅੱਜ ਮੈਂ ਤੁਹਾਨੂੰ ਦੱਸ ਦਿਆਂ ਪੰਜਾਬ ਦਾ ਨੌਜਵਾਨ ਗਦਾਰੀ ਨਹੀਂ ਬਰਦਾਸ਼ਤ ਕਰੂਗਾ ਚਾਹੇ ਉਹ ਸਿਆਸੀ ਪਾਰਟੀ ਹੋਵੇ ਚਾਹੇ ਉਹ ਕੋਈ ਉਥੇ ਕਿਸਾਨ ਜਿੱਥੇ ਬੰਦੇ ਦਾ ਹਮਾਇਤੀ ਬਣ ਕੇ ਗਿਆ ਅੱਜ ਜੇ ਲੜਾਈ ਉਥੇ ਆਰ ਪਾਰ ਦੀ ਹੈ ਤੇ ਜੋ ਵੀ ਕਰਨਾ ਕਿਸ ਨੇ ਸੋਚ ਸਮਝ ਕੇ ਕਰੇ ਦੇ ਨਹੀਂ ਤਾਂ ਛਿੱਟੇ ਬਹੁਤ ਭਿਆਨਕ ਤੇ ਬਹੁਤ ਖਤਰਨਾਕ ਨਿਕਲ ਸਕਦੇ yes or no ਹਾਇ ਨਾਤੇ ਗੱਲ ਪਹੁੰਚੀ ਹੈ ਲੇਕਿਨ ਬਾਬਾ ਨਾਨਕ ਜੀ ਵੀ ਕਹਿੰਦੇ ਸੀ ਵੀ ਸੰਵਾਦ ਹੋਣਾ ਬੜਾ ਜ਼ਰੂਰੀ ਹੈ ਲੇਕਿਨ ਕਿਸਾਨ ਆਗੂਆਂ ਨੂੰ ਇਹ ਵੀ ਪਤਾ ਹੈ ਕਿ ਹੁਣ ਕੇਂਦਰ ਸਰਕਾਰ ਪਿੱਛੇ ਨਹੀਂ ਹਟਰੀ ਪਿੱਛੇ ਨਾ ਹੀ ਇਹ ਪੈਰ ਪੁੱਟ ਸਕਦੇ ਨੇ ਕਿਉਂਕਿ ਗੱਲ ਹੈਗੀ ਹੈ ਵੀ ਕਾਨੂੰਨ ਰੱਦ ਕੀਤੀ ਜਾਣ ਕਿਉਂਕਿ ਜਿਹੜੀ ਨੌਜਵਾਨੀ ਅਸੀਂ ਬਾਰ-ਬਾਰ ਕਹਿ ਰਹੇ ਆ ਆਪ ਹਾਰੇ ਪਹੁੰਚੀ ਆ ਉਸ ਕਰਕੇ ਪਹੁੰਚਿਆ ਵੀ ਅਸੀਂ ਰੱਦ ਕਰਵਾਉਣੇ ਨੇ ਕਾਨੂੰਨ ਅਸੀਂ ਕੋਈ ਹੋਰ ਵਿਚਾਲਾ ਰਸਤਾ ਨਹੀਂ ਲੱਭਣਾ ਪਰ ਸੰਵਾਦ ਜੇ ਹੋਏ ਹੋਏਗਾ ਤਾਂ ਰਸਤਾ ਦਾ ਕੋਈ ਵਿੱਚ ਵਾਲਾ ਲੱਭਣਾ ਪੈਣਾ ਹੈ ਨਾ ਲੇਕਿਨ ਤੁਸੀਂ ਕਹਿ ਰਹੇ ਹੋ ਵੀ ਕਿਸਾਨ ਜਿੱਥੇ ਬੰਦੀਆਂ ਦੇ ਆਗੂਆਂ ਵਿੱਚ ਹੁਣ ਉਹ ਨਹੀਂ ਰਿਹਾ ਆਇਆ ਤੁਸੀਂ ਕਹਿ ਸਕਦੇ ਹੋ ਵੀ ਇੰਨੀ ਹਿੰਮਤ ਨਹੀਂ ਕਿ ਇੰਨੇ ਆਵਾਮ ਨੂੰ ਸਮਝਾ ਸਕਣ ਬਈ ਇੱਕ ਵਿੱਚ ਵਾਲਾ ਰਸਤਾ ਕੱਢਣ ਦੀ ਅਸੀਂ ਸੋਚ ਰਹੇ ਹਾਂ ਦੇਖੋ ਜਿਹੜੇ ਹਾਲਾਤਾਂ 'ਚ ਆਪਾਂ ਪਹੁੰਚ ਗਏ ਵਿੱਚ ਦੇ ਰਸਤੇ ਦੀ ਕੋਈ ਗੁੰਜਾਇਸ਼ ਹੀ ਨਹੀਂ ਤੇ ਨਾ ਹੀ ਜਿਹੜਾ ਕਿਸੇ ਤਰੀਕੇ ਨਾਲ ਸਾਰੇ ਇਸ ਮੂਮੈਂਟ ਨੂੰ ਸਮਝਦਾ ਉਹ ਗੱਲ ਕਰੂਗਾ ਸਰਕਾਰ ਨੇ ਕੱਲ ਕੋਵਿਡ ਦੇ ਐਫ ਆਈ ਆਰਸ ਦੇ ਕੇ ਉਥੇ ਹਜ਼ਾਰ ਬੰਦੇ ਤੇ ਪਰਚਾ ਕਰਤਾ ਤੁਹਾਡੇ ਸ਼ਾਇਦ ਕੱਲ ਰਾਤ ਦੀ ਮੈਨੂੰ ਨਿਊਜ਼ ਦੋ ਆਈ ਪੀ ਐਸ ਉਥੇ ਡਿਪਲੋਏ ਕਰਤੇ ਨੇ ਦੋ ਆਈ ਪੀ ਐਸ ਪੋਜ਼ਿਟਿਵ ਆਏ ਨੇ ਆਪ ਆ ਪੋਜ਼ਿਟਿਵ ਵੀ ਆਏ ਆ ਉਥੇੜੇ ਸਾਰੇ ਦੇਖ ਰਹੇ ਸੀ ਜੀ ਜੋ ਦੇਖ ਰਹੇ ਸੀ ਸਰਕਾਰ ਕਿਤਨੇ ਕਿਤੇ ਕੋਈ ਕੋਸ਼ਿਸ਼ ਕਰ ਰਹੀ ਹੈ ਵੀ ਕੋਵਿਡ ਦੀ ਮੂਮੈਂਟ ਦੇ ਨਾਲ ਚਾਹੇ ਵੀ ਕਿ ਜੁ ਦੀ ਸ਼ਰਾਰਤ ਨਾਲ ਕੋਈ ਨਾ ਕੋਈ ਕੋਈ ਸੁਪਰੀਮ ਕੋਰਟ ਮੈਂ ਤੁਹਾਡੇ ਦਰਿਆ ਸਿੱਧਾ ਕਹਿ ਦਿਆਂ ਵੀ ਕਿਤਨਾ ਕਿਤੇ ਸੈਂਟਰ ਸਰਕਾਰ ਦੇ ਪ੍ਰੈਸ਼ਰ ਦੇ ਹੇਠ ਤੇ ਉਹ ਕੋਸ਼ਿਸ਼ ਆਪਣੇ ਮੂੰਹੋਂ ਨਾ ਗੱਲ ਕਹਿ ਕੇ ਕੋਰਟ ਨੂੰ ਵਰਤ ਕੇ ਜਿਹੜੇ ਆਰਡਰ ਨੇ ਇੰਪਲੀਮੈਂਟ ਕਰਾਉਣਾ ਚਾਹੁੰਦੇ ਆ ਵੀ ਇਹ ਤਾਂ ਸਾਨੂੰ ਜੀ ਸੁਪਰੀਮ ਕੋਰਟ ਨੇ ਕਿਹਾ ਤੇ ਸਾਰੀਆਂ ਪਾਰਟੀਆਂ ਸਾਰੇ ਆਗੂ ਇਸ ਗੱਲ ਤੋਂ ਵੀ ਜਾਣ ਛੁਣਾਉਣਾ ਚਾਹੁੰਦੇ ਆ ਆਪਦੇ ਮੂੰਹੋਂ ਨਾ ਕੋਈ ਕਿਸੇ ਨੇ ਕਿਹਾ ਤੇ ਨਾ ਕੋਈ ਕਹਿ ਪਾਊਗਾ ਬਿਲਕੁਲ ਨਾ ਕਿਸੇ ਨੇ ਕਿਹਾ ਤੇ ਨਾ ਹੀ ਕੋਈ ਕਹਿਣ ਦੀ ਹਿੰਮਤ ਰੱਖੇਗਾ ਮੇਰਾ ਅਗਲਾ ਸਵਾਲ ਵਿਚਾਲਾ ਰਸਤਾ ਕੋਈ ਨਿਕਲੇ ਨਾ ਨਿਕਲੇ ਇਸ ਮੋਰਚੇ ਚ ਤੁਹਾਨੂੰ ਲੱਗਦਾ ਕੋਈ ਸਿਆਸੀ ਧਿਰ ਨਿਕਲੇਗਾ ਦੇਖੋ ਕਿਸਾਨ ਆਗੂ ਤਾਂ ਪਹਿਲੇ ਦਿਨ ਤੋਂ ਕਹਿ ਰਹੇ ਆ ਵੀ ਇਹ ਸਾਡਾ ਮੋਰਚਾ ਅਨਰੋਲ ਕਿਸਾਨੀ ਦਾ ਤੇ ਨਾ ਹੀ ਇੱਥੇ ਕੋਈ ਸਿਆਸੀ ਚੀਜ਼ ਹੈ ਪਰ ਕੁਝ ਆਗੂ ਨੇ ਜੋ ਮੈਨੂੰ ਫੀਲ ਹੋਇਆ ਮੈਂ ਤੁਹਾਨੂੰ ਦੱਸ ਦਿਆਂ ਉਹ ਕਿ ਉਹ ਕਿਸਾਨ ਆਗੂ ਨੇ ਅਨੇ ਕਿਸਾਨ ਆਗੂ ਤਾਂ ਨਹੀਂ ਪਰ ਹੋ ਸਕਦਾ ਉਹਨਾਂ ਦੀ ਜਿਹੜੀ ਪਦਾਇਸ਼ ਆ ਕਿਸਾਨ ਕਿਸਾਨੀ ਪਰਿਵਾਰ ਚ ਹੋਈ ਹੋਵੇ ਪਰ ਉਹ ਜੋ ਉੱਥੇ ਦੇਖ ਰਹੇ ਆ ਉਹਨਾਂ ਦਾ ਕਾਫੀ ਨੌਜਵਾਨੀ ਉਹਨਾਂ ਨੂੰ ਫੋਲੋ ਵੀ ਕਰ ਰਹੀ ਹੈ ਤੇ ਕਿੰਨਾ ਕਿਤੇ ਮੈਨੂੰ ਹੋ ਸਕਦਾ ਹੈ ਵੀ ਉਹ ਕਹਿ ਰਹੇ ਅਸੀਂ ਪੰਜਾਬ ਵਾਸਤੇ ਲੜ ਰਹੇ ਆਂ ਪੰਜਾਬ ਵਾਸਤੇ ਸਾਰੇ ਲੜ ਰਹੇ ਆਂ ਪਰ ਜੇ ਕੋਈ ਸਿਆਸੀ ਪਾਰਟੀ ਜੇ ਜੇ ਕਟਨੀ ਵੀ ਪਈ ਇਹਨਾਂ ਨੂੰ ਤੇ ਉਹ ਉਹਦੇ ਪਿੱਛੇ ਵੀ ਇੱਕ ਜਿਹੜੀਆਂ ਰੂਲਰ ਪਾਰਟੀਆਂ ਨੇ ਚਾਹੇ ਉਹ ਕਿਸੇ ਵੀ ਜੋ ਪੰਜਾਬ ਦੀਆਂ ਧਿਰਾਂ ਨੇ ਉਹ ਕਿਸਾਨ ਪਾਰਟੀ ਕਿਸਾਨਾਂ ਨੂੰ ਇਹ ਮੂਵਮੈਂਟ ਨੂੰ ਮੈਨੂੰ ਲੱਗਦਾ ਹੈ ਬੀ ਕਾਮਯਾਬ ਨਹੀਂ ਹੋਣ ਦੇਣਗੇ ਕਿਉਂਕਿ ਉਹਨੂੰ ਪਤਾ ਹੈ ਵੀ ਜੇਕਰ ਕਿਸਾਨੀ ਮੂਵਮੈਂਟ ਚ ਕੋਈ ਪਾਰਟੀ ਨਿਕਲ ਆਈ ਤਾਂ ਇੱਕ ਤਰਫਾ ਮੁਕਾਬਲਾ ਹੋਊਗਾ ਜੋ ਅੱਜ ਸਰਕਾਰਾਂ ਬਣਾਉਣ ਦੇ ਸੁਪਨੇ ਦੇਖ ਰਹੇ ਆ ਉਹ ਕਦੀ ਕਾਮਯਾਬ ਨਹੀਂ ਹੋ ਸਕਣਗੇ ਜਿਹਨਾਂ ਦੀ ਅਸੀਂ ਗੱਲ ਕਰ ਰਹੇ ਆ ਵੀ ਕੁਝ ਸ਼ਾਇਦ ਆਪਣੇ ਨਿੱਜੀ ਮਫਾਦ ਲੈ ਕੇ ਉੱਥੇ ਪਹੁੰਚੇ ਨੇ ਵੀ ਅਸੀਂ ਆਪਣਾ ਸਿਆਸੀ ਭਵਿੱਖ ਅਗੇ ਬਣਾਵਾਂਗੇ ਜੋ ਸੋਸ਼ਲ ਮੀਡੀਆ ਦੇ ਵੀ ਕਾਫੀ ਐਕਟਿਵ ਰਹਿੰਦੇ ਨੇ ਉਹਨਾਂ ਵਾਲੇ ਕੀ ਕੀ ਮੈਂ ਦੇਖ ਦਿਓ ਵੀ ਉਹਨਾਂ ਨੂੰ ਇਹ ਚੀਜ਼ ਹੁਣ ਪਿੱਛੇ ਛੱਡਣੀ ਚਾਹੀਦੀ ਹੈ ਹਲੇ ਫਿਲਹਾਲ ਕਿਸਾਨੀ ਮੂਵਮੈਂਟ 'ਤੇ ਰਹਿਣਾ ਚਾਹੀਦਾ ਹੈ ਜਾਂ ਫੇਰ ਨਹੀਂ ਠੀਕ ਹੈ ਆਪਣਾ ਕਰੀਅਰ ਵੀ ਤੁਸੀਂ ਨਾਲ ਦੇਖੋ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਉਹ ਜੋ ਵੀ ਮੇਰੇ ਵੀਰ ਨੇ ਉਹਨਾਂ ਦਾ ਮੈਂ ਉਹਨੂੰ ਆ ਕਹਿ ਦਿਆਂ ਵੀ ਉਹਨਾਂ ਲੋਨਾਂ ਦੇ ਅੱਜ ਨੌਜਵਾਨੀ ਬਹੁਤ ਫਨ ਨੂੰ ਫਾਲੋ ਕਰਦੀ ਹੈ ਤੇ ਉਹਨਾਂ ਵੱਲ ਸਾਰਾ ਹਿੰਦੂ ਪੰਜਾਬ ਵਰਡ ਦੇਖ ਰਿਹਾ ਹਜੇ ਤੱਕ ਆਪਾਂ ਨੂੰ ਕਿਸਾਨੀ ਮੂਵਮੈਂਟ 'ਤੇ ਕੰਸਨਟ੍ਰੇਟ ਕਰਕੇ ਇਸ ਚੀਜ਼ ਨੂੰ ਸਿਰੇ ਲਾਉਣਾ ਚਾਹੀਦਾ ਤੇ ਜੇਕਰ ਆਪਾਂ ਕਿਸਾਨੀ ਮੂਵਮੈਂਟ ਨੂੰ ਸਿਰੇ ਲਾ ਗਏ ਤਾਂ ਮੈਨੂੰ ਲੱਗਦਾ ਹੈ ਵੀ ਆਪਣੀ ਚੌਧਰ ਤੇ ਆਪਣੀ ਸਰਦਾਰੀ ਆਪਣਾ ਪੈਦਾ ਹੋ ਜਾਣੀ ਹੈ ਬਿਲਕੁਲ ਬਿਲਕੁਲ ਬਹੁਤ ਬਹੁਤ ਸਹੀ ਗੱਲ ਕਹੀ ਹੈ ਤੇ ਜੇਕਰ ਮੈਂ ਗਲਤ ਨਹੀਂ ਤਾਂ ਕਿਸਾਨਾ ਤੋਂ ਵੱਡਾ ਦੇਸ਼ ਭਗਤ ਕੋਈ ਨਹੀਂ ਹੁੰਦਾ ਕਿਉਂਕਿ ਉਹ ਸਿਰਫ ਆਪਣੇ ਸੂਬੇ ਦਾ ਨਹੀਂ ਦੇਸ਼ ਦਾ ਨਹੀਂ ਪੂਰੀ ਦੁਨੀਆ ਦਾ ਢਿੱਡ ਭਰਦਾ ਹੈ ਪਰ ਉਹਨਾਂ ਦੇਸ਼ ਭਗਤ ਕਿਸਾਨਾਂ ਦੇ ਮੋਰਚਿਆਂ ਦੇ ਵਿੱਚ ਦੇਸ਼ ਦਰੋਹੀਆਂ ਦੇ ਪੋਸਟਰ ਲਹਿਰਾਉਣਾ ਕਿੰਨਾ ਸਹੀ ਹੈ ਦੇਖੋ ਮੈਂ ਅੱਜ ਸਵੇਰੇ ਉਹ ਗ੍ਰਾਹਕ ਸਾਹਿਬ ਦੇ ਜਿਹੜੇ ਸੂਬਾ ਅਮਿਤ ਪ੍ਰਧਾਨ ਨੇ ਜੇਠੂ ਕੇ ਸਾਹਿਬ ਨਾਲ ਇੰਟਰਵਿਊ ਸੁਣ ਰਿਆ ਸੀਗਾ ਉਹਨਾਂ ਨੇ ਕਿਹਾ ਵੀ ਇਹ ਅਜੰਡਾ ਸਾਡੇ ਜੋ ਮੰਗ ਪੱਤਰ ਸੀ ਉਹਦਾ ਹਿੱਸਾ ਸੀ ਤੁਹਾਨੂੰ ਪਤਾ ਸੀ ਇਸ ਤੋਂ ਇਸ ਇੰਟਰਵਿਊ ਤੋਂ ਪਹਿਲਾਂ ਤੁਹਾਨੂੰ ਪਤਾ ਸੀ ਵੀ ਉਹ ਹਿੱਸਾ ਹੈ ਇਹ ਮੁੱਦਾ ਇੰਟਰਵਿਊ ਤੋਂ ਪਹਿਲਾਂ ਮੈਨੂੰ ਨਹੀਂ ਪਤਾ ਸੀਗਾ ਵੀ ਇਹ ਵੀ ਉਸ ਮੰਗ ਪੱਤਰ ਦਾ ਹਿੱਸਾ ਹੈ ਤਾਂ ਲਾਜ਼ਮੀ ਹੈ ਕਿ ਸਾਡੇ ਵਰਗੇ ਆਮ ਨੌਜਵਾਨਾਂ ਨੂੰ ਵੀ ਨਹੀਂ ਪਤਾ ਹੋਣਾ ਜਿਹੜੇ ਉੱਥੇ ਆ ਬਹਾਰੇ ਪਹੁੰਚੇ ਨੇ ਬਿਲਕੁਲ ਕਿਸੇ ਨੂੰ ਨਹੀਂ ਪਤਾ ਸੀ ਲੋਕਾਂ ਲੋਕ ਤਾਂ ਅੱਜ ਤੱਕ ਇਹੀ ਸਮਝ ਰਹੇ ਸੀ ਇਹਨਾਂ ਨੇ ਵਿੱਚ ਚੁਟਕ ਕੇ ਕੋਈ ਸ਼ਰਾਰਤ ਕੀਤੀ ਹੈ ਪਰ ਅੱਜ ਉਹਨਾਂ ਨੇ ਗੱਲ ਕਲੀਅਰ ਕਰ ਦਿੱਤੀ ਹੈ ਵੀ ਇਹ ਸਾਡੇ ਜੋ ਵੀ ਅਸੀਂ ਮੰਗ ਪੱਤਰ ਤੇਤੇ ਉਹਦਾ ਇਹ ਹਿੱਸਾ ਸੀਗਾ ਪਰ ਜਿਹੜੇ ਬਾਕੀ ਕਿਸਾਨ ਆਗੂ ਨੇ ਉਹ ਕਹਿ ਰਹੇ ਆ ਵੀ ਉਹਨਾਂ ਦੀ ਉਹਨਾਂ ਦੀ ਅਲੱਗ ਸੋਚ ਹੈ ਉਹ ਅਲੱਗ ਚੱਲਦੇ ਆ ਪਰ ਜੇਕਰ ਜਿਹੜੇ ਮੰਗ ਪੱਤਰ ਦਿੱਤੇਗੇ ਉਹ ਸਾਂਝੇ ਤੌਰ ਤੇ ਦਿੱਤੇਗੇ ਜੇਕਰ ਉਹ ਹਿੱਸਾ ਸੀਗਾ ਤਾਂ ਉਹ ਸਾਂਝੇ ਬੈਠ ਕੇ ਵਿਚਾਰਨਾ ਚਾਹਦਾ ਸੀਗਾ ਪਰ ਅੱਜ ਜਿਹੜੀ ਤੁਹਾਨੂੰ ਮੈਂ ਫਿਰ ਇੱਕ ਵਾਰੀ ਕਹਿ ਦਿਆਂ ਨਰੋਲ ਕਿਸਾਨੀ ਮੂਵਮੈਂਟ ਹੈ ਆ ਜਿਹੜੇ ਮਾਮਲੇ ਮਾਮਲੇ ਆ ਕਾਫੀ ਦੇਰ ਤੋਂ ਲਮਕ ਰਹੇ ਆ ਇਹਨੂੰ ਆਪਾਂ ਫਿਰ ਕਿਸੇ ਸਮੇਂ ਇਸ ਚੀਜ਼ ਨੂੰ ਚਲਾਇਆ ਜਾ ਸਕਦੇ ਸੀ ਲੇਕਿਨ ਇਸ ਮੌਕੇ ਤੇ ਆ ਕੇ ਆ ਦੇਸ਼ ਦਰੋਹੀ ਜਿਹੜੇ ਲੋਕ ਨੇ ਉਹਨਾਂ ਦੀਆਂ ਫੋਟੋਆਂ ਲੈ ਕੇ ਬੇਸ਼ੱਕ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਹੋਵੇ ਮਨੁੱਖੀ ਅਧਿਕਾਰਾਂ ਦਾ ਦਿਨ ਹੋਵੇ ਉਹ ਲਿਆਉਣਾ ਤੁਹਾਨੂੰ ਲੱਗਦਾ ਨਹੀਂ ਇਹ ਕੇਂਦਰ ਸਰਕਾਰ ਨੂੰ ਇੱਕ ਮੌਕਾ ਦੇਣਾ ਹੈ ਦੇਖੋ ਅੱਜ ਮੈਂ ਇੱਕ ਤੁਹਾਡੇ ਇੱਕ ਮੀਡੀਆ ਹੀ ਸੀਗਾ ਮੈਂ ਉਹਦੇ ਡੈਫਰਮੇਸ਼ਨ ਦਾ ਅਸੀਂ ਨੋਟਿਸ ਭੇਜਣ ਜਾ ਰਹੇ ਹਾਂ ਜੀ ਉਹਨਾਂ ਨੇ ਕਿਸੇ ਨੌਜਵਾਨੀ ਦਾ ਸ਼ੌਕ ਹੈ ਕਿਸੇ ਟਰਾਲੀ ਤੇ ਕਿਸੇ ਗੁਰੂ ਮਹਾਤਮਾ ਸ਼ੰਤੀ ਫੋਟੋ ਲਾ ਲਈ ਕੋਈ ਖੰਡਾ ਸਹਿਬ ਬਣਾ ਲਿਆ ਤੇ ਉਹਨੇ ਉਹ ਖੰਡਾ ਸ਼ਾਬ ਦੀਆਂ ਫੋਟੋਆਂ ਖਿੱਚ ਕੇ ਮੀਡੀਆ ਤੇ ਚਲਾ ਕੇ ਚਾਹੇ ਉਹ ਸਾਡੇ ਕਿਸੇ ਸੰਤ ਮਹਾਤਮਾ ਦੀ ਫੋਟੋ ਸੀ ਸਾਨੂੰ ਮਿਲੀਟੈਂਟ ਖਾਲਿਸਤਾਨੀ ਦਰਸਾਉਣ ਦੀ ਕੋਸ਼ਿਸ਼ ਕੀਤੀ ਠੀਕ ਹੈ ਮੈਨੂੰ ਲੱਗਦਾ ਹੈ ਵੀ ਅੱਜ ਦੀ ਮੂਵਮੈਂਟ ਦੇ ਵਿੱਚ ਜਿਹੜੀ ਆ ਗੱਲ ਕੀਤੀ ਹੈ ਇਹਨਾਂ ਨੇ ਅਮਨ ਰਾਈਟਸ ਦੇ ਤੇ ਆ ਗੱਲ ਅੱਜ ਦੀ ਡੇਟ 'ਚ ਸ਼ਾਇਦ ਰੋਕ ਲੈਣੀ ਚਾਹੀਦੀ ਸੀਗੀ ਆਮ ਮਾਮਲਾ ਨਜਿੱਠ ਕੇ ਤੇ ਸ਼ਾਇਦ ਆਗਲੇ ਤੌਰ ਤੇ ਗੱਲ ਚਲਾਈ ਜਾ ਸਕਦੀ ਸੀ। ਇਹ ਲੇਕਿਨ ਜਦੋਂ ਆਮ ਆਵਾਮ ਨੂੰ ਜਿਹੜੇ ਉੱਥੇ ਨਾਚਣ ਪਹੁੰਚੇ ਨਹੀਂ ਕਿਉਂਕਿ ਉਹਨਾਂ ਨੂੰ ਸ਼ਾਇਦ ਹਲੇ ਤੱਕ ਵੀ ਇਹ ਗੱਲ ਪੂਰੀ ਮੁਕੰਮਲ ਤੌਰ ਤੇ ਨਾ ਪਤਾ ਹੋਵੇ। ਜੇ ਪਤਾ ਲੱਗੇਗੀ ਵੀ ਸਾਡੇ ਇਸ ਮੋਰਚੇ ਦੇ ਵਿੱਚ ਇਹ ਵੀ ਮੰਗ ਆ ਰਹੀ ਹੈ ਜਾਂ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਗਿਆ? ਤੁਹਾਨੂੰ ਲੱਗਦਾ ਨਹੀਂ ਆ ਉਹ ਉਹਨਾਂ ਦੀ ਗੁੱਸੇ ਨੂੰ ਜਾਂ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ ਔਖੇ ਹੋ ਜਾਣਗੇ। ਦੇਖੋ ਗੁੱਸਾ ਨੌਜਵਾਨੀ ਮੈਂ ਤੁਹਾਨੂੰ ਫਿਰ ਦੱਸ ਦਿਆਂ। ਜਿਦਾਉ ਅੱਜ ਜਿੰਨਾ ਵੀ ਉਥੇ ਮੋਰਚੇ ਦੇ ਕੋਈ ਵੀ ਸਬੰਧ ਰੱਖਦਾ ਆਪ ਮੁਹਾਰੇ ਨੇ ਇੱਕ ਨਵਾਂ ਪੰਜਾਬ ਤੁਸੀਂ ਕਹਿ ਸਕਦੇ ਹੋ ਕੋਈ ਬਾਦਾਮ ਵੰਡ ਰਿਹਾ ਕੋਈ ਫਰੂਟੀਆਂ ਵੰਡ ਰਿਹਾ ਬਾਬੇ ਨਾਨਕ ਦਾ ਲੰਗਰ ਚੱਲ ਰਿਹਾ ਤੇ ਪੰਜਾਬ ਇਸ ਲਈ ਵਧਾਈ ਦਾ ਪਾਤਰ ਹੈ ਅੱਜ 16 ਸ਼ਹਾਤਾ ਉਥੇ ਕਿਸਾਨਾਂ ਦੀਆਂ ਹੋ ਜਾਣ ਤੋਂ ਬਾਅਦ ਵੀ ਦੇਸ਼ ਬਹੁਤ ਬਹੁਤ ਹੋਰ ਬਹੁਤ ਅੰਦੋਲਨ ਹੋਏ ਆ ਕਿਸੇ ਚ ਕਿਸੇ ਧੀ ਭੈਣ ਦੀ ਪਤ ਵੀ ਲੁੱਟੀ ਗਈ ਬਹੁਤ ਮਾੜੀਆਂ ਘਟਨਾਵਾਂ ਹੋਈਆਂ ਤੇ ਮੈਂ ਉਹ ਗੁਰੂਆਂ ਪੀਰਾਂ ਦੇ ਜਿਹੜੇ ਜੰਮੇ ਮੇਰੇ ਨੌਜਵਾਨ ਨੇ ਵਧਾਈ ਦੇ ਪਾਤਰ ਨੇ ਅੱਜ ਤੱਕ ਇਹੋ ਜੀ ਘਟਨਾ ਉਸ ਅੰਦੋਲਨ ਚ 16 ਦਿਨ ਬੀਤ ਜਾਣ ਤੋਂ ਬਾਅਦ ਵੀ ਸਾਹਮਣੇ ਨਹੀਂ ਆਈ ਇਸ ਕਰਕੇ ਸਾਰੀ ਦੁਨੀਆ ਚ ਵੱਸਣ ਵਾਲਾ ਪੰਜਾਬੀ ਇਸ ਚੀਜ਼ ਦਾ ਵਧਾਈ ਦਾ ਪਾਤਰ ਬਿਲਕੁਲ ਵਧਾਈ ਦੇ ਪਾਤਰ ਹੈ ਤੇ ਪੰਜਾਬੀ ਉੱਥੇ ਸਿਰਫ ਮੋਰਚੇ ਲਾ ਕੇ ਨਹੀਂ ਬੈਠੇ ਨਾ ਹੀ ਸਿਰਫ ਮੈਂ ਕਹਾ ਕਿ ਲੰਗਰ ਉੱਥੇ ਚੱਲਦੇ ਪਈ ਨਹੀਂ ਜਾਂ ਉੱਥੇ ਦੇਸੀ ਘਿਉ ਦੀਆਂ ਪਿੰਨੀਆਂ ਵੰਡੀਆਂ ਜਾ ਰਹੀਆਂ ਨਹੀਂ ਉੱਥੇ ਪਿਆਰ ਵੰਡਿਆ ਜਾ ਰਿਹਾ ਹੈ ਉੱਥੇ ਬਹੁਤ ਜ਼ਿਆਦਾ ਪਿਆਰ ਹੈ ਤੇ ਇਸ ਪਿਆਰ ਦੇ ਨਾਲ ਹੀ ਜੇ ਮੋਰਚਾ ਫਤਿਹ ਹੋਵੇ ਉਹਦੇ ਵਰਗੀ ਮੈਂ ਕਹਿੰਨਾ ਇਹ ਪੂਰੀ ਦੁਨੀਆ ਦੇ ਚਿੱਤੇ ਮਿਸਾਲ ਨਹੀਂ ਹੋਣੀ ਮੋਰਚੇ ਤੇ ਮੈਨੂੰ ਯਾਦ ਆਇਆ ਜੰਤਰ ਮੰਤਰ ਵੀ ਕੁਝ ਲੋਕ ਮੋਰਚਾ ਲਾ ਕੇ ਬੈਠੇ ਨੇ ਰਵਨੀਤ ਬਿੱਟੂ ਸਾਹਿਬ ਨੇ ਜੀਰਾ ਸਾਹਿਬ ਨੇ ਕੁਲਬੀਰ ਜੀਰਾ ਹਜਰਾ ਸਾਹਿਬ ਵੀ ਬੈਠੇ ਨੇ ਉਹ ਕੁੰਡਲੀ ਜਾਂ ਟਿਕਰੀ ਕਿਉਂ ਨਹੀਂ ਪਹੁੰਚੇ ਤਾਨੂੰ ਲੱਗਦਾ ਨਹੀਂ ਉਹਨਾਂ ਨੂੰ ਉੱਥੇ ਆਣਾ ਚਾਹੀਦਾ ਸੀਗਾ ਜ਼ਰੂਰਤ ਹੈ ਉਹਨਾਂ ਦੀ ਉੱਥੇ ਪਰਮਾਤਮਾ ਨੇ ਉਹਨਾਂ ਨੂੰ ਬਹੁਤ ਰਹਿਮਤਾਂ ਬਖਸ਼ੀਆਂ ਬਹੁਤ ਦਾਦੇ ਪੁੱਤਿਆਂ ਦਾ ਰਾਜ ਭਾਗ ਬਖਸ਼ਿਆ ਅੱਜ ਆਮ ਘਰਾਂ ਦੇ ਲੋਕ ਉੱਥੇ ਮੋਰਚੇ 'ਚ ਨਹੀਂ ਆਮ ਘਰਾਂ ਦੇ ਉੱਥੇ ਕੋਈ ਵੱਡੇ ਘਰਾਂ ਦੇ ਨੌਜਵਾਨ ਮੋਰਚੇ 'ਚ ਨਹੀਂ ਚਾਹੇ ਮੇਰੇ ਵੱਡੇ ਭਰਾ ਨੇ ਬਿੱਟੂ ਸਾਹਿਬ ਐਮਪੀ ਸ਼ਿਪ ਤਾਂ ਤਾਂ ਹੀ ਰਹਿਣਗੀਆਂ ਜੇ ਥੋੜਾ ਪੰਜਾਬ ਰਹੂਗਾ ਮੇਰੇ ਖਿਆਲ ਐਮਪੀ ਸ਼ਿਪਾਂ ਵਾਰ ਕੇ ਤੇ ਦੁਨੀਆ ਨੂੰ ਮੈਸੇਜ ਆਵੇ ਵੀ ਪੰਜਾਬੀ ਇੱਕ ਨੇ ਤੇ ਤੁਸੀਂ ਸਾਡੇ ਨਾਲ ਉਸੇ ਦਰਿਆਂ ਤੇ ਹੋਵੋ ਮੇਰੇ ਕਹ ਤੁਹਾਨੂੰ ਸਾਰਾ ਕੁਝ ਛੱਡ ਕੇ ਸਾਡੇ ਨਾਲ ਉੱਥੇ ਆਉਣਾ ਚਾਹੀਦਾ ਵੀ ਇਹ ਲੀਡਰੀਆਂ ਇਹ ਕੁਰਸੀਆਂ ਪੰਜਾਬੀਆਂ ਪਿੱਛੇ ਕੁਰਬਾਨ ਨੇ ਜੰਤਰ ਮੰਤਰ ਤੇ ਅੱਡ ਬੈਠ ਕੇ ਤੁਸੀਂ ਇੱਕ ਨਵਾਂ ਪ੍ਰਤਨਾਪ ਹੋ ਤੁਸੀਂ ਲੋਕਾਂ ਦੇ ਵਿੱਚ ਅੱਜ ਮੈਂ ਦੱਸਾਂ ਮਜ਼ਾਕ ਦਾ ਪਾਤਰ ਬਣ ਰਹੇ ਹੋ ਕੁਰਸੀ ਛੱਡਿ ਆਓ ਤੁਸੀਂ ਦੇਖੋ ਲੋਕ ਤੁਹਾਨੂੰ ਅੱਖਾਂ ਦੇ ਚੱਕਦੇ ਨਹੀਂ ਆਪਣੀ ਅੱਡ ਡੁਗਡੂਗੀ ਬਿਜਾਨ ਦਾ ਮਤਲਬ ਕੀ ਹੈ ਕੀ ਤੁਸੀਂ ਕਿਸਾਨੀ ਅੰਦੋਲਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹੋ ਨੇ ਢਾਹ ਲਾਉਣ ਦੀ ਕੋਸ਼ਿਸ਼ ਨਹੀਂ ਅੱਜ ਜੋ ਵੀ ਸ਼ਾਸਕੀ ਪਾਰਟੀਆਂ ਪੰਜਾਬ ਦੀਆਂ ਉਹ ਇੱਕ ਜ਼ਮੀਨ ਤਲਾਸ਼ ਰਹੀਆਂ ਵੀ ਅਸੀਂ ਵਾਕੇ ਹੀ ਕਿਸਾਨੀ ਦੇ ਹਮਦਰਦਾਂ ਕਾਂਗਰਸ ਪਾਰਟੀ ਵੀ ਸ਼ੰਭੂ ਬੈਰੀਅਰ ਤੇ ਮੋਰਚਾ ਲਾਉਣ ਜਾ ਰਹੀ ਹੈ 14 ਤਰੀਕ ਨੂੰ ਤੇ ਮੈਂ ਸੁਣਿਆ ਸੀਗਾ ਵੀ ਉਹ ਦੀਵਾਲੀ ਤੋਂ ਬਾਅਦ ਉਹਨਾਂ ਨੇ ਇੱਕ ਸਟੇਟਮੈਂਟ ਸੀਗੀ ਵੀ ਅਸੀਂ ਕੰਟੀਨਿਊ ਉੱਥੇ ਧਰਨੇ ਤੇ ਬੈਠਾਂਗੇ ਦੀਵਾਲੀ ਟੱਪੇ ਨੂੰ ਠਾਕੁਰ ਸਾਹਾ ਜ਼ਮੀਨਾਂ ਹੋ ਗਿਆ ਮੇਰੇ ਕੋਲ ਉਹ ਅਖਬਾਰਾਂ ਦੀਆਂ ਕਟਿੰਗਾਂ ਪਈਆਂ ਅੱਜ ਜੋ ਮੋਰਚਾ ਜੋ ਬਣ ਤੇ ਹੈ ਸਿਰੇ ਤੇ ਹੈ ਫੈਸਲਾ ਤੇ ਹੈ ਮੈਨੂੰ ਤੁਹਾਨੂੰ ਦੱਸਾਂਗਾ ਜਿੱਤ ਕੇ ਕਿਸਾਨ ਹੋਣਗੇ ਜਿੱਤ ਕੇ ਪੰਜਾਬੀ ਹੋਣਗੇ ਇਹ ਸਵਾਗਤ ਲਈ ਸ਼ੰਭੂ ਬੈਰੀਅਰ ਤੇ ਖੜੇ ਹੋਣਗੇ ਵੀ ਆਪ ਤੁਹਾਡਾ ਸਵਾਗਤ ਕਰਤਾ ਵੀ ਤੁਹਾਡੇ ਨਾਲ ਆ ਬਿਲਕੁਲ ਅੱਜ ਕਿਸਾਨੀ ਮੋਰਚੇ ਨੂੰ ਹਾਈਜੈਕ ਕਰਨ ਦੀਆਂ ਵਿਵੰਤ ਬੰਦੀਆਂ ਘੜੀਆਂ ਜਾ ਰਹੀਆਂ ਕਿਉਂਕਿ ਇਹੀ ਇਲਜ਼ਾਮ ਪਹਿਲਾਂ ਦੀਪ ਸਿੱਧੂ ਦੇ ਵੀ ਲੱਗਦੇ ਸੀ ਜਦੋਂ ਸ਼ੰਭੂ ਮੋਰਚਾ ਉਹਨਾਂ ਨੇ ਅਲੱਗ ਤੌਰ ਤੇ ਲਾਇਆ ਸੀ ਚਲੋ ਅੱਜ ਉਹ ਕਿਸਾਨਾਂ ਦੇ ਨਾਲ ਉੱਥੇ ਆ ਕੇ ਬੈਠੇ ਨੇ ਹਰਾਂਗੇ ਦੀਪ ਸਿੱਧੂ ਨੂੰ ਸਟੇਜ ਤੇ ਚੜ੍ਹਨ ਨਹੀਂ ਦਿੱਤਾ ਜਾਂਦਾ ਉਹ ਕਿਸਾਨਾਂ ਦੇ ਇੱਥੇ ਬੰਦਿਆਂ ਦਾ ਆਪਣਾ ਫੈਸਲਾ ਹੈ ਪਰ ਰਵਨੀਤ ਬਿੱਟੂ ਉਹਨਾਂ ਦੀ ਗੱਲ ਕਰੀਏ ਇਹਨਾਂ ਦੇ ਵਿਚਾਰ ਵੀ ਕਿਸਾਨ ਜੱਥੇਬੰਦੀਆਂ ਨਾਲ ਮੈਂ ਦੇਖਿਆ ਜਿਆਦਾ ਤਾਲਮੇਲ ਖਾਂਦੇ ਨਹੀਂ ਉਹ ਕਹਿੰਦੇ ਨੇ ਕੇਂਦਰ ਨਾਲ ਬਾਰ ਬਾਰ ਵਾਰਤਾ ਕਿਉਂ ਤੇ ਬਿਨਾਂ ਗੱਲਬਾਤ ਤੋਂ ਕੀ ਕੋਈ ਫੈਸਲਾ ਹੋ ਸਕਦਾ ਦੇਖੋ ਜੋ ਤੁਸੀਂ ਬਿੱਟੂ ਸਾਹਿਬ ਦੀ ਗੱਲ ਕਰ ਰਹੇ ਹੋ ਮੈਂ ਤੁਹਾਨੂੰ ਫਿਰ ਕਹਿ ਦਿਆਂ ਕਿ ਕੁਰਬਾਨ ਕਰਦੇ ਹੋ ਦੇਖੀ ਜਾਓ ਇਹਨਾਂ ਇਹਨਾਂ ਲੋਕਾਂ ਤੋਂ ਹੀ ਆਪਾਂ ਲੈ ਕੇ ਪ੍ਰਮਾਤਮਾ ਨੇ ਆਪ ਨੂੰ ਰਾਜ ਭਗ ਦਿੱਤਾ ਤੇ ਕੁਰਬਾਨ ਕਰਕੇ ਉੱਥੇ ਆਓ ਤੇ ਪੱਕੇ ਤੌਰ ਤੇ ਤੁਸੀਂ ਮੋਰਚੇ ਲਾਓ ਫਿਰ ਦੇਖਿਓ ਤੁਹਾਡੀ ਦੁਨੀਆ ਸਵਾਗਤ ਕਰਦੀ ਕਿ ਨਾ ਕੁਰਬਾਨੀ ਲਈ ਭਾਜੀ ਜੇਰਾ ਚਾਹੀਦਾ ਹੈ ਜਿਗਰਾ ਹੋਣਾ ਚਾਹੀਦਾ ਕੁਰਬਾਨੀ ਲਈ ਕੀ ਤੁਹਾਨੂੰ ਅੱਜ ਦੇ ਸਿਆਸਤਦਾਨਾਂ ਦੇ ਵਿੱਚ ਉਹ ਜਿਗਰਾ ਨਜ਼ਰ ਆਉਂਦਾ ਹੈ ਕਿ ਉਹ ਪੰਜਾਬ ਦੇ ਲਈ ਕਿਸਾਨਾਂ ਦੇ ਲਈ ਆਪਣੀਆਂ ਕੁਰਸੀਆਂ ਵੀ ਕੁਰਬਾਨ ਕਰ ਸਕਦੇ ਨੇ ਦੇਖੋ ਜੇ ਪੰਜਾਬ ਦੀ ਧਰਤੀ ਭਗਤ ਸਿੰਘ ਪੈਦਾ ਕਰ ਸਕਦੀ ਹੈ ਸਾਡੇ ਉਸ ਬਾਬਾ ਨਾਨਕ ਦੀ ਧਰਤੀ ਜਿੱਥੋਂ ਹਰ ਇੱਕ ਜੰਮਿਆ ਪੰਜਾਬੀ ਦੁਨੀਆ 'ਚ ਆਪਣਾ ਨਾਮ ਕਰ ਰਿਹਾ ਮੇਰੇ ਖਿਆਲ ਜੇ ਆਪਾਂ ਇਤਿਹਾਸ ਪੜ੍ਹੀਏ ਤਾਂ ਬਹੁਤ ਛੋਟੀਆਂ ਕੁਰਬਾਨੀਆਂ ਇਲੈਕਸ਼ਨ ਤਾਂ ਆ ਗਏ ਰਹਿ ਗਿਆ 6 ਮਹੀਨੇ ਇਹ ਸਾਰਾ ਇਤਿਹਾਸ ਅਸੀਂ ਪੜਨਾ ਹੈ ਕੁਝ ਉਹ ਸਿਆਸਤਦਾਨ ਵੀ ਪੜ ਲੈਣ ਇਤਿਹਾਸ ਆਪਣੇ ਪੰਜਾਬ ਦਾ ਦੇਖੋ ਹੋ ਸਕਦਾ ਹੈ ਵੀ ਉਹਨਾਂ ਨੇ ਜੋ ਕਰ ਰਹੇ ਹੈ ਉਹਨਾਂ ਦੀ ਮਜਬੂਰੀ ਹੋਵੇ ਜਾਂ ਉਹਨਾਂ ਦੇ ਹਾਲਾਤ ਹੋਣ ਪਰ ਮੈਂ ਇੱਕ ਤੁਹਾਨੂੰ ਗੱਲ ਦੱਸ ਦਿਆਂ ਮੈਂ ਥੱਲੇ ਅੱਜ ਕੱਲ ਸੋਸ਼ਲ ਮੀਡੀਆ ਤੇ ਕਮੈਂਟਸ ਆਉਂਦੇ ਆ ਜੀ ਜੀ ਉਹਦੇ ਚ 100 ਕਮੈਂਟਸ ਆਏ ਆ ਤੇ ਉਹਦੇ 60 ਉਹਨਾਂ ਨੂੰ ਕਿਤੇ ਨਾ ਕਿਤੇ ਡਿਸਕ੍ਰੇਜ ਕਰਦੇ ਆ ਤੇ ਜਾਂ ਤਾਂ ਉਹ ਉੱਥੇ ਪੱਕਾ ਪੂਰੇ ਤੌਰ ਤੇ ਉੱਥੇ ਆ ਕੇ ਬੈਠਣ ਨਹੀਂ ਤਾਂ ਮੇਰੇ ਖਿਆਲ ਜੰਤਰ ਮੰਤਰ ਤੇ ਬੈਠਣਾ ਵਿਅਰਥ ਹੋਊਗਾ ਬਿਲਕੁਲ ਤੇ ਨਾਲੇ ਉਦੋਂ ਵੀ ਜ਼ਿਆਦਾ ਬਹੁਤ ਦੁੱਖ ਹੁੰਦਾ ਜਦੋਂ ਕਿਸੇ ਬੰਦੇ ਤੇ ਆਸ ਬਹੁਤ ਜ਼ਿਆਦਾ ਹੋਵੇ ਤੇ ਉਹ ਬੰਦਾ ਉਮੀਦਾਂ ਤੇ ਖਰਾਾ ਨਾ ਉਤਰੇ ਮੇਰਾ ਕਹਿਣ ਦਾ ਭਾਵ ਨਵਜੋਤ ਸਿੰਘ ਸਿੱਧੂ 8 ਮਹੀਨੇ ਬਾਅਦ ਉਹ ਕਿਸਾਨੀ ਮੁੱਦੇ ਤੇ ਬੋਲੇ ਸੀ 8 ਮਹੀਨੇ ਚੋਂ ਪ੍ਰੈਣ ਤੋਂ ਬਾਅਦ ਜਦੋਂ ਬੋਲੇ ਉਹ ਕਿਸਾਨੀ ਮੁੱਦੇ ਦੇ ਬੋਲੇ ਪਰ ਉਹਨੋਂ ਫੇਰ ਚੁੱਪ ਨੇ ਤੁਹਾਨੂੰ ਲੱਗਦਾ ਇਸ ਮੌਕੇ ਤੇ ਆ ਕੇ ਨਵਜੋਤ ਸਿੰਘ ਸਿੱਧੂ ਦਾ ਚੁੱਪ ਰਹਿਣਾ ਉਹਨਾਂ ਨੂੰ ਵੀ ਮਹਿੰਗਾ ਪੈ ਸਕਦਾ ਨਵਜੋਤ ਸਿੰਘ ਸਿੱਧੂ ਸਾਹਿਬ ਦਾ ਜੋ ਮੈਂ ਹੁਣ ਤੱਕ ਸੁਣਦਾ ਆ ਹਮੇਸ਼ਾ ਹੀ ਵੱਡੀ ਸਿਆਸਤ ਕਰਕੇ ਹਮੇਸ਼ਾ ਪੰਜਾਬ ਨੂੰ ਸਾਹਮਣੇ ਗੱਲਾਂ ਕੀਤੀਆਂ ਜਿਹੜੀ ਕਿਸਾਨੀ ਐ ਇਹ ਉਸ ਪੰਜਾਬ ਦਾ ਬਹੁਤ ਵੱਡਾ ਹਿੱਸਾ ਹੈ ਤੇ ਮੈਂ ਪਿਛਲੇ ਦਿਨ ਦੇਖਿਆ ਸੀ ਮੋਰਚੇ ਤੇ ਸੀ ਤੇ ਉਹ ਹੈਲੀਕਾਪਟਰ ਤੇ ਚੜ ਕੇ ਇੱਕ ਫੋਟੋ ਵਾਇਰਲ ਹੋਈ ਵੀ ਉਹਨਾਂ ਦੇ ਕੈਪਟਨ ਸਾਹਿਬ ਨਾਲ ਮੁਲਾਕਾਤ ਹੋਈ ਮੈਨੂੰ ਉਸ ਮੁਲਾਕਾਤ ਤੇ ਕੋਈ ਪੱਤੀ ਨਹੀਂ ਪਰ ਜੋ ਵੀ ਹੈਗੇ ਜੇਕਰ ਉਹ ਇਹ ਡਿਪਟੀ ਸੀਐਮ ਸਾਹਿਬ ਦੇ ਸੁਪਨੇ ਛੱਡ ਕੇ ਜਾਂ ਪ੍ਰਧਾਨਗੀ ਦੇ ਸੁਪਨੇ ਛੱਡ ਕੇ ਤੇ ਜਿਹੜੀ ਬਿੱਟੂ ਸਾਹਿਬ ਵਾਲੀ ਗੱਲ ਕੀਤੀ ਹੈ ਉਹ ਵੀ ਕੁਰਬਾਨ ਕਰਕੇ ਆਉਣ ਤੇ ਜੇਕਰ ਪੰਜਾਬ ਦੇ ਵਿੱਚ ਨਵਾਂ ਪੰਜਾਬ ਸਿਰਫ ਚਾਹੁੰਦੇ ਐ ਤੇ ਮੈਂ ਉਹਨਾਂ ਨੂੰ ਵੀ ਦੱਸ ਦਿਆ ਜੇਕਰ ਆਹ ਚੀਜ਼ ਆਹ ਚੀਜ਼ ਉਹਨਾਂ ਨੇ ਨਾ ਸੰਭੀ ਤਾਂ ਉਹ ਕਿਸੇ ਪਿੰਡ ਵਿੱਚ ਜਾ ਕੇ ਮੈਨੂੰ ਨਹੀਂ ਲੱਗਦਾ ਵੀ ਕਿਤੇ ਐਮਐਲਏ ਵੀ ਦੁਬਾਰਾ ਬਣ ਪਾਉਣਗੇ ਨਹੀਂ ਕਿਉਂਕਿ ਨਵਜੋਤ ਸਿੰਘ ਸਿੱਧੂ ਸਾਹਿਬ ਤੇ ਕੋਈ ਵੀ ਅਲੀਕੇਸ਼ਨ ਨਹੀਂ ਛਵੀ ਸਾਫ ਹੈ ਅਸੀਂ ਮੰਨਦੇ ਹਾਂ ਪਰ ਜੇ ਉਹ ਕਹਿੰਦੇ ਨੇ ਮੈਂ ਪੰਜਾਬ ਦੀ ਸੇਵਾ ਕਰਨੀ ਹੈ ਮੈਂ ਪੰਜਾਬ ਲਈ ਕੰਮ ਕਰਨਾ ਹੈ ਤਾਂ ਇਹ ਮੌਕਾ ਹੈ ਇਹ ਮੌਕਾ ਸੀ ਮੈਂ ਕਹਾਂਗਾ ਕਿ ਬਹੁਤ ਲੰਮਾ ਸਮਾਂ ਨਿਕਲ ਚੁੱਕਾ ਹੈ ਤੇ ਮੋਰਚਾ ਜਿਵੇਂ ਬਾਈ ਜੀ ਨੇ ਵੀ ਕਿਹਾ ਕਿ ਮੋਰਚਾ ਇਸ ਵੇਲੇ ਜੋ ਬੰਤੇ ਹੈ ਪਰ ਨਵਜੋਤ ਸਿੰਘ ਸਿੱਧੂ ਸਾਹਿਬ ਕਿੱਥੇ ਨੇ ਇਹ ਸਵਾਲ ਸਾਰਿਆਂ ਦੀ ਜ਼ੁਬਾਨ ਤੇ ਹੈ ਗਏ ਨਵਜੋਤ ਸਿੰਘ ਸਿੱਧੂ ਆ ਸਾਹਿਬ ਨੂੰ ਇਸ ਮੌਕੇ ਤੇ ਤੁਹਾਡੇ ਹਿਸਾਬ ਦੇ ਨਾਲ ਜਦੋਂ ਕੈਪਟਨ ਸਾਹਿਬ ਨੇ ਰੋਟੀ ਤੇ ਬੁਲਾਏ ਰੋਟੀ ਤੇ ਗਏ ਨਹੀਂ ਉਹ ਉਸ ਤੋਂ ਬਾਅਦ ਦੇ ਹੀ ਨਵਜੋਤ ਸਿੰਘ ਸਿੱਧੂ ਸਾਹਿਬ ਚੁੱਪ ਹੋ ਕੇ ਬੈਠੇ ਨੇ ਰੋਟੀ ਵਿੱਚ ਕੁਝ ਮਾਮਲੂ ਤਾਂ ਨਹੀਂ ਤਾਂ ਕੈਪਟਨ ਸਾਹਿਬ ਨੇ ਨਵਜੋਤ ਸਿੰਘ ਸਿੱਧੂ ਸਾਹਿਬ ਨੂੰ ਐ ਲੱਗ ਰਿਹਾ ਹੈ ਵੀ ਆਉਣ ਵਾਲੀ ਪੰਜਾਬ ਦੀ ਜੋ ਵਿਰਾਸਤ ਹੈ ਮੈਂ ਸਾਹਮਣੇ ਜਾ ਰਿਹਾ ਹੂੰ ਵੀ ਮੈਂ ਸਾਫ ਦੇਖੋ ਪ੍ਰਮਾਤਮਾ ਨੇ ਉਹਨਾਂ ਨੂੰ ਬਖਸ਼ੀ ਦਿੱਤੀ ਹੈ ਸਾਫ ਸੁਥਰੇ ਨੇ ਉਹ ਆਪ ਦੀ ਦਵਾਈ ਵੀ ਕਰ ਜਾਂਦੇ ਆ ਤਾਂ ਮੈਂ ਉਸ ਗੱਲ ਤੇ ਬਿਲਕੁਲ ਕੋਈ ਸ਼ੰਕਾ ਨਹੀਂ ਹੈ ਲੇਕਿਨ ਭਾਜੀ ਲੱਗਣ ਨਾਲ ਹੀ ਸਭ ਕੁਝ ਹੋਣਾ ਹੈ ਕਿ ਕੁਝ ਕਰਨਾ ਵੀ ਪੈਣਾ ਹੈ ਬਿਲਕੁਲ ਜੋ ਪੰਜਾਬੀ ਹੈ ਅੱਜ ਨੌਜਵਾਨੀ ਅੱਜ ਮੈਂ ਉੱਥੇ ਮੋਰਚੇ ਤੇ ਗਿਆ ਮੈਨੂੰ ਸਾਰਾ ਪੰਜਾਬ ਮਿਲਿਆ ਸ਼ਾਇਦ ਉਹ ਤੁਹਾਡੇ ਵਰਗੇ ਵੀਰ ਵੀ ਮੈਨੂੰ ਮਿਲੇ ਜਿਨ੍ਹਾਂ ਨੂੰ ਮੱਛੀ ਜ਼ਿੰਦਗੀ ਚ ਮਿਲ ਨਹੀਂ ਸਕਦਾ ਸੀ ਤੇ ਮੈਂ ਤੁਹਾਨੂੰ ਦੱਸ ਦਿਆਂ ਉਸ ਮੋਰਚੇ ਨੇ ਪੰਜਾਬ ਨੂੰ ਇੱਕ ਕਰ ਦਿੱਤਾ ਤੇ ਜਿਹੜੇ ਇੰਟਰਕਨੈਕਟਿਡ ਨੌਜਵਾਨ ਹੋ ਗਏ ਆ ਇੱਕ ਉਸ ਮੋਰਚੇ 'ਚ ਨਵਾਂ ਪੰਜਾਬ 101% ਨਿਕਲੂਗਾ ਜੋ ਵੀ ਸਿਆਸੀ ਪਾਰਟੀਆਂ ਮੈਨੂੰ ਸੁਣ ਰਹੀਆਂ ਆ ਉਹ ਇਸ ਗੱਲ ਲਈ ਪੂਰਨ ਤੌਰ ਤੇ ਚੁਕੰਨੀਆਂ ਹੋ ਜਾਣ ਵੀ ਥੋਡੀਆਂ ਕਿਸੇ ਗੱਲਾਂ ਦੇ ਵਿੱਚ ਉਹ ਨੌਜਵਾਨ ਨਹੀਂ ਆਊਗਾ ਨਹੀਂ ਚੁਕੰਨੀਆਂ ਛੱਡੋ ਮੇਰੇ ਖਿਆਲ ਸਿਆਸੀ ਪਾਰਟੀਆਂ ਨੂੰ ਇਸ ਲਈ ਪਰਥੂ ਪਿਆ ਹੋਇਆ ਹੈ ਵੀ ਉੱਥੇ ਜਾ ਕੇ ਸਾਰੇ ਇੱਕ ਹੋ ਗਏ ਖਾਸ ਕਰ ਸਿਰਫ ਪੰਜਾਬ ਨਹੀਂ ਪੰਜਾਬ ਤੇ ਹਰਿਆਣਾ ਵੀ ਇਕ ਹੋ ਗਿਆ ਜਿਨ੍ਹਾਂ ਨੂੰ ਛਾੜ ਦੇ ਵਿੱਚ ਵੰਡਿਆ ਗਿਆ ਅੱਜ ਉਹ ਬੈਠੇ ਨਹੀਂ ਗੱਲਾਂ ਉੱਥੇ ਇਹ ਵੀ ਹੁੰਦੀਆਂ ਨੇ ਐਸਵੀਐਲ ਛੱਡੋ ਪੰਜਾਬੀ ਕਹਿ ਰਹੇ ਨੇ ਤੁਹਾਨੂੰ ਅਸੀਂ ਇੱਕ ਹੋਰ ਨੈਰ ਕੱਢ ਦਾਂਗੇ ਤੁਸੀਂ ਪਾਣੀ ਹੋਰ ਲੈ ਲਿਓ ਮਤਲਬ ਹੁਣ ਸਿਆਸਤਦਾਨਾਂ ਨੂੰ ਇਹ ਫਿਕਰ ਪਿਆ ਹੈ ਵੀ ਅਸੀਂ ਸਿਆਸਤ ਕਰਾਂਗੇ ਤਾਂ ਕਰਾਂਗੇ ਕਿਸ ਮੁੱਦੇ ਤੇ ਦੇਖੋ ਕੈਪਟਨ ਸਾਹਿਬ ਨੇ ਸੈਸ਼ਨ ਬੁਲਾਇਆ ਸੈਸ਼ਨ ਬੁਲਾ ਕੇ ਉਹਦੇ ਵਿੱਚ ਪ੍ਰਪੋਜ਼ਡ ਬਿਲ ਦਿੱਤੇ ਮੇਰੇ ਖਿਆਲ ਤਾਂ ਜਿਹੜਾ ਉਹਨਾਂ ਨੇ ਸੈਸ਼ਨ ਬੁਲਾਇਆ ਉਹ ਕਿਤਨਾ ਕਿਤੇ ਇੱਕ ਸਿਆਸੀ ਸਟੰਟ ਹੋ ਕੇ ਰਹਿ ਗਿਆ ਸਾਡੇ ਕਾਲੀ ਦਲ ਦੇ ਪ੍ਰਧਾਨ ਸਾਹਮਣੇ ਟਰੈਕਟਰ ਤਲਵੰਡੀ ਸਾਬੋ ਨੂੰ ਭਜਾਏ ਆਮ ਆਦਮੀ ਵਿਧਾਨ ਸਭਾ ਚਰੋਲਾ ਪਹੁੰਚਦੀ ਰਹੀ ਤੇ ਸਾਡੇ ਜੋ ਕਾਂਗਰਸ ਵਾਲੇ ਸੀਗੇ ਉਹ ਵੀ ਟਰੈਕਟਰ ਤੇ ਬਹੁਤ ਗੇੜੇ ਕੱਢੇ ਜੇ ਸਾਡੀ ਨੌਜਵਾਨੀ ਦਿੱਲੀ ਦੇ ਉਹ ਬੈਰੀਕੇਡ ਤੋੜ ਕੇ ਅਸੀਂ ਦਿੱਲੀ ਪਹੁੰਚ ਸਕਦੇ ਹਾਂ ਇਹ ਡੱਬ ਵਾਲੀ ਵਾਲੇ ਬਾਰਡਰ ਤੋਂ ਹੀ ਕਿਉਂ ਮੁੜੇ ਤੇ ਸਾਡੇ ਜੋ ਇੰਡੀਆ ਦੇ ਪ੍ਰਧਾਨ ਨੇ ਮਾਨ ਜੋ ਗਰਾਉਲ ਗੰਦੇ ਸੀ ਉਹ ਤਾਂ ਮੈਂ ਉਹਨਾਂ ਤੋਂ ਕੋਈ ਬਿਆਨ ਹੀ ਨਹੀਂ ਸੁਣਿਆ ਉਹ ਤਾਂ ਕਿਸੇ ਪਿਕਚਰ 'ਚ ਹੀ ਨਹੀਂ ਆਏ ਤੇ ਜਿਹਦੇਖਿਓ ਜਿਹਦੇ ਵੋਟਾਂ ਲੈਣੇ ਹੋਈਆਂ ਇਸ ਤੇ ਕਿਸੇ ਰੈਲੀ 'ਚ ਹੋਣਗੇ ਨਹੀਂ 4 ਦਿਨ ਵਾਸਤੇ ਆਏ ਸੀ ਇੱਥੇ ਟਰੈਕਟਰ ਲਿਆਇਆ ਸੀ ਉਹਨਾਂ ਵਾਸਤੇ ਸਪੈਸ਼ਲ ਸੋਫੇਆਂ ਵਾਲਾ ਉਹ ਆਇਆ ਸੀ 4 ਦਿਨ ਵਾਸਤੇ ਮੋਰਚੇ ਤਾਂ ਪਹਿਲਾਂ ਦੀ ਗੱਲਾਂ ਹਾਂ ਤੇ ਉਹ ਟਰੈਕਟਰ ਨਾ ਤਾਂ ਦਿਖ ਰਹੇ ਆ ਨਾ ਉਹ ਬੰਦੇ ਦਿਖ ਰਹੇ ਆ ਤੇ ਇਸ ਕਰਕੇ ਆ ਪੰਜਾਬ ਦਾ ਨੌਜਵਾਨ ਜਿਹੜਾ ਬਿਲਕੁਲ ਉਹ ਸਮਝ ਚੁੱਕਿਆ ਵੀ ਇਹਨਾਂ ਨੇ ਤੁਹਾਡੇ ਪੰਜਾਬ ਦਾ ਭਵਿੱਖ ਨਹੀਂ ਸਵਾਰਨਾ ਤੇ ਇਸ ਕਰਕੇ ਮੈਂ ਫਿਰ ਤੁਹਾਨੂੰ ਕਹਿ ਦਿਆਂ ਵੀ ਪੰਜਾਬ ਦਾ ਨੌਜਵਾਨ ਐਸ ਮੋਰਚੇ ਵਧਾਈ ਦੇ ਪਾਤਰ ਨੇ ਵੀ ਉਹਨਾਂ ਨੇ ਪੰਜਾਬ ਦਾ ਨੌਜਵਾਨ ਇੱਕ ਪਲੇਟਫਾਰਮ ਤੇ ਇਕੱਠਾ ਕਰਤਾ ਤੇ ਮੈਂ ਉਸ ਵਾਹਿਗੁਰੂ ਨੂੰ ਅਰਦਾਸ ਕਰਦਾ ਵੀ ਇਹਨਾਂ ਨੂੰ ਸਮੱਤ ਬਖਸ਼ੀ ਵੀ ਇਹਨਾਂ ਲੀਡਰਾਂ ਨੂੰ ਵੀ ਪਤਾ ਲੱਗੇ ਵੀ ਨੌਜਵਾਨੀ ਅੱਗੇ ਇਹ ਜਿਹੜੀਆਂ ਸਿਆਸਤਾਂ ਬਿਲਕੁਲ ਛੋਟੀਆਂ ਰਹਿ ਜਾਂਦੀਆਂ ਲੋਕਾਂ ਦਾ ਆਵਾਮ ਲੋਕਾਂ ਦੀ ਸੋਚ ਨਾਲ ਹੀ ਲੀਡਰ ਬਣਦੇ ਐ ਜੋ ਵੀ ਐਮਐਲਏ ਮੰਤਰੀ ਜਾਂ ਮੁੱਖ ਮੰਤਰੀ ਬਣਦਾ ਲੋਕਾਂ ਦੇ ਪਿਆਰ ਨਾਲ ਹੀ ਬਣਦਾ ਪਰ ਐਸ ਮੋਰਚੇ ਦੇ ਵਿੱਚ ਸਾਰੀਆਂ ਪਾਰਟੀਆਂ ਫੇਲ ਰਹੀਆਂ ਨੇ ਬਿਲਕੁਲ ਸਾਰੀਆਂ ਪਾਰਟੀਆਂ ਫੈਲ ਰਹੀਆਂ ਨੇ ਕਿਸਾਨ ਜਿਹੜੇ ਨਹੀਂ ਉਹ ਪਾਸ ਹੋਏ ਨਹੀਂ ਉਹ ਜ਼ਿੰਦਾਬਾਦ ਹੋਏ ਨਹੀਂ ਤੇ ਜੈ ਜਵਾਨ ਜੈ ਕਿਸਾਨ ਸਾਡੇ ਦੇਸ਼ ਦਾ ਇੱਕ ਬਹੁਤ ਵੱਡਾ ਨਾਰਾ ਹੈ ਤੇ ਵਾਕਈ ਕਿਸਾਨਾਂ ਦੀ ਵੀ ਹਮੇਸ਼ਾ ਜੈ ਜੈਕਾਰ ਹੈ ਤੇ ਜਵਾਨਾਂ ਦੀ ਵੀ ਜੈ ਜੈਕਾਰ ਹੈ ਪਰ ਅੱਜ ਦਿੱਲੀ ਦੇ ਬਾਰਡਰਾਂ ਤੇ ਅੱਜ ਉਹੀ ਕਿਸਾਨ ਉਸੇ ਜਵਾਨ ਦੇ ਸਾਹਮਣੇ ਖੜਾ ਹੈ ਪਰ ਉਹ ਜੈ ਜੈਕਾਰ ਨਹੀਂ ਉੱਥੇ ਅੱਜ ਹੋ ਰਹੀ ਅੱਜ ਉਹ ਸਾਹਮਣੇ ਇੱਕ ਤੁਸੀਂ ਕਹਿ ਲਓ ਆਪੋਜੀਸ਼ਨ ਬਣ ਕੇ ਖੜੇ ਨੇ ਇੱਕ ਇੱਕ ਸਰਕਾਰਾਂ ਨੇ ਇਹ ਕੀਤਾ ਅੱਜ ਇਹ ਦਿਨ ਲਿਆਏ ਨੇ ਵੀ ਜਵਾਨ ਨੂੰ ਕਿਸਾਨ ਦੇ ਸਾਹਮਣੇ ਖੜਾ ਕਰ ਦਿੱਤਾ ਦੇਖੋ ਪੰਜਾਬ ਤੇ ਹਰਿਆਣੇ ਦਾ ਬਹੁਤ ਵੱਡਾ ਹਿੱਸਾ ਹਿੰਦੁਸਤਾਨ ਦੇ ਬਾਰਡਰਾਂ ਤੇ ਜਿਹੜਾ ਕਿਸਾਨ ਹੁੰਦਾ ਨਾ ਠਾਕੁਰ ਸਾਹਿਬ ਢੋਲਾ ਹੁੰਦਾ ਢੋਲੇ ਦਾ ਰੱਬ ਹੁੰਦਾ ਤੇ ਰੱਬ ਕਦੀ ਆਪ ਦਾ ਜੰਮਿਆ ਹਾਰ ਨਹੀਂ ਦਿੰਦਾ ਜੋ ਮਰਜ਼ੀ ਹੋ ਜੇ ਕਿਸਾਨ ਚਾਹੇ ਬਰਾਬਰ ਖੜੇ ਆ ਉਹ ਵੀ ਸਾਡੇ ਜ਼ਿਮੀਂਦਾਰ ਪਰਿਵਾਰਾਂ ਦੇ ਪੁੱਤ ਨੇ ਜਿਹੜੇ ਉੱਥੇ ਸਾਨੂੰ ਰੋਕ ਰਹੇ ਨੇ ਉਹ ਸਰਕਾਰਾਂ ਦੇ ਬੰਨੇ ਐ ਪਰ ਉਹਨਾਂ ਦੀਆਂ ਮਜਬੂਰੀਆਂ ਹੋ ਸਕਦੀਆਂ ਪਰ ਉਹ ਦਿਲ ਤੋਂ ਸਾਡੇ ਨਾਲ ਨੇ ਅੱਜ ਵੀ ਉੱਥੇ ਬੈਠ ਕੇ ਸਾਡੇ ਬਰਾਬਰ ਲੰਗਰ ਛਕਦੇ ਆ ਤੇ ਸਾਡਾ ਮਾਨ ਸਤਕਾਰ ਜੋ ਉਹਨਾਂ ਨੇ ਕੀਤਾ ਸ਼ਾਇਦ ਮੈਂ ਜ਼ਿੰਦਗੀ ਚ ਇਹੋ ਜਿਹਾ ਇਤਿਹਾਸ ਪਹਿਲੀ ਵਾਰੀ ਦੇਖਿਆ ਤੇ ਮੈਂ ਸੋਚ ਤੁਹਾਨੂੰ ਕਲੀਅਰ ਕੱਟ ਕਹਿ ਸਕਦਾ ਪੰਜਾਬ ਨੇ ਮੋਰੀ ਹੋ ਕੇ ਇਹ ਲੜਾਈ ਲੜੀ ਹੈ ਹਰਿਆਣਾ ਨੇ ਸਾਥ ਦਿੱਤਾ ਯੂਪੀ ਨੇ ਸਾਥ ਦਿੱਤਾ ਇਹ ਇਤਿਹਾਸ ਕਿਤਨੇ ਕਿਤੇ ਮਹਾਰਾਜਾ ਰਣਜੀਤ ਸਿੰਘ ਵਰਗਾ ਇਤਿਹਾਸ ਸਿਰਜੂਗਾ ਤੇ ਨੌਜਵਾਨੀ ਜਿਹੜਾ ਉੜਤਾ ਪੰਜਾਬ ਦੀਆਂ ਗੱਲਾਂ ਤੇ ਟੋਮਟਾ ਸਾਡੇ ਪੰਜਾਬ ਤੇ ਲੱਗਦੀਆਂ ਸੀਗੀਆਂ ਅਸੀਂ ਪਿਛਲੇ ਸਾਰੇ ਕਲੰਕਿਤ ਹੋ ਚੁੱਕੇ ਹਾਂ ਤੇ ਮੈਂ ਫਿਰ ਕਿੰਨਾ ਵੀ ਪੰਜਾਬ ਚੜ੍ਹਦੀ ਕਲਾ 'ਚ ਰਵੇ ਤੇ ਨੌਜਵਾਨੀ ਇੱਕ ਨਵਾਂ ਪੰਜਾਬ ਸਿਰਜ ਕੇ ਆਉਣ ਬਿਲਕੁਲ ਨੌਜਵਾਨੀ ਇੱਕ ਨਵਾਂ ਪੰਜਾਬ ਸਿਰਜ ਕੇ ਹੀ ਆਵੇਗੀ ਤੇ ਜਿਵੇਂ ਕਿ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਵਰਗਾ ਜੋ ਇੱਕ ਤੁਸੀਂ ਕਹਿੰਦੇ ਰਾਤ ਸੀ ਜਾਂ ਜੋ ਉਦੋਂ ਇੱਕ ਲਹਿਰ ਹੁੰਦੀ ਸੀ ਉਹ ਅੱਜ ਦੇਖਣ ਨੂੰ ਮਿਲ ਰਹੀ ਹੈ ਪਰ ਫਰਕ ਸਿਰਫ ਇਹਨਾ ਹੈ ਕਿ ਜਿਹੜਾ ਇਤਿਹਾਸ ਹੁਣ ਲਿਖਿਆ ਜਾ ਰਿਹਾ ਹੈ ਉਸ ਇਤਿਹਾਸ ਦੇ ਵਿੱਚ ਨਾ ਤਾਂ ਕਿਸੇ ਰਾਜੇ ਦਾ ਨਾਮ ਹੋਣਾ ਹੈ ਤੇ ਨਾ ਹੀ ਕਿਸੇ ਸਿਆਸਤਦਾਨ ਦਾ ਨਾਮ ਹੋਣਾ ਹੈ ਨਾਮ ਹੋਵੇਗਾ ਸਾਡੇ ਬਜ਼ੁਰਗਾਂ ਦਾ ਕਿਸਾਨਾਂ ਦਾ ਸਾਡੇ ਵੀਰਾਂ ਦਾ ਸਾਡੀਆਂ ਭੈਣਾਂ ਦਾ ਜੋ ਇਸ ਵੇਲੇ ਮੋਰਚੇ ਤੇ ਬੈਠੀਆਂ ਨੇ ਤੇ ਵੱਡੀ ਗੱਲ ਕੀ ਹੈ ਭਾਜੀ ਨੇ ਵੀ ਕਿ ਸਾਥ ਜਿਹੜਾ ਮਿਲਿਆ ਚਾਹੇ ਹਰਿਆਣੇ ਦਾ ਸਾਥ ਹੋਵੇ ਚਾਹੇ ਉੱਤਰ ਪ੍ਰਦੇਸ਼ ਦਾ ਸਾਥ ਹੋਵੇ ਚਾਹੇ ਦਿੱਲੀ ਦੇ ਜਿਹੜੇ ਆਮ ਲੋਕ ਨੇ ਵਸਣੀਕਣੀ ਉਹਨਾਂ ਦਾ ਸਾਥ ਹੋਵੇ ਤੇ ਹਰਿਆਣੇ ਵਾਲਿਆਂ ਨੇ ਤਾਂ ਉਹ ਕੰਮ ਕੀਤਾ ਹੈ ਮੈਨੂੰ ਇੱਕ ਬਜ਼ੁਰਗ ਨੇ ਕਿਹਾ ਕੁੰਡਰੀਲੀ ਬਾਰਡਰ ਤੇ ਕਹਿੰਦੇ ਕਿ ਹਰਿਆਣੇ ਵਾਲਿਆਂ ਨੇ ਸਾਡੀ ਪੱਗ ਹੱਥ ਨਾਲ ਫੜ ਕੇ ਰੱਖੀ ਹੈ ਕਿ ਕਿਤੇ ਡੋਲ ਨਾ ਜਾਵੇ ਹਰਿਆਣੇ ਵਾਲਿਆਂ ਦਾ ਦੇਣਾ ਅਸੀਂ ਦੇ ਨਹੀਂ ਸਕਦੇ ਪਰ ਛਾੜ ਦੇ ਵਿੱਚ ਜਿਹੜੀਆਂ ਵੰਡੀਆਂ ਪਾਈਆਂ ਗਈਆਂ ਉਹ ਵੀ ਸਾਨੂੰ ਯਾਦ ਨੇ ਪਰ ਹੁਣ ਮੁੱਦਾ ਸਿਰਫ ਇਨਾ ਕ ਹੈ ਕਿ ਕਿਸਾਨੀ ਦੀ ਲੜਾਈ ਹੈ ਚਾਹੇ ਕੋਈ ਵੀ ਬੰਦਾ ਆਪਣੀ ਨਿੱਜੀ ਸਿਆਸਤ ਕਹਿ ਲਓ ਜਾਂ ਨਿੱਜੀ ਮੁਫਾਦ ਲੈ ਕੇ ਉੱਥੇ ਗਿਆ ਹੋਵੇ ਉਹ ਇੱਕ ਪਾਸੇ ਰੱਖੇ ਇਸ ਵੇਲੇ ਕਿਸਾਨੀ ਬੜੀ ਜ਼ਰੂਰੀ ਹੈ ਤੇ ਸਾਡੀ ਹੋਣ ਦਾ ਸਵਾਲ ਹੈ ਸਾਰੇ ਕਹੂ ਕਿ ਲੜੀਏ ਤਾਂ ਜੋ ਇਹ ਮੋਰਚਾ ਫਤਿਹ ਹੋਵੇ ਕੈਮਰਾ ਪਰਸਨ ਮਨੋਜ ਦਿਨਾਲ ਠਾਕੁਰ ਅਮਨਦੀਪ ਸਿੰਘ ਦੇ ਖਬਰ ਸਾ ਚੰਡੀਗੜ੍ਹ